ਜੰਮਦਾ ਨਹੀਂ ਪਹਿਚਾਣ ਲੈ ਕੇ ਉਹਦੇ ਕੰਮਾਂ ਨਾਲ ਉਹਦੀ ਪਹਿਚਾਣ ਬਣਦੀ। ਬੰਦਾ ਜੰਮਦਾ ਨਹੀਂ ਪਹਿਚਾਣ ਲੈ ਕੇ ਉਹਦੇ ਕੰਮਾਂ ਨਾਲ ਉਹਦੀ ਪਹਿਚਾਣ ਬਣਦੀ। ਪੁੱਤ ਵੈਲੀ ਹੋ ਜੇ ਨਿੱਤ ਚੰਦ ਚਾੜੇ, ਕਮਾਈ ਪੁੱਤ ਦੀ ਬਾਪ ਲਈ ਸ਼ਾਨ ਬਣਦੀ। ਜੱਟ ਜੰਮੇ ਤਾਂ ਜਾਂਦੀ ਜ਼ਮੀਨ ਵੰਡੀ, ਲਾਲਾ ਜੰਮੇ ਤਾਂ ਨਵੀਂ ਦੁਕਾਨ ਬਣਦੀ, ਲਾਲਾ ਜੰਮੇ ਤਾਂ ਨਵੀਂ ਦੁਕਾਨ ਬਣਦੀ। ਪੰਜਾਬ ਦੀ ਪੁਰਾਣੇ ਸਮਿਆਂ ਦੀ ਤਸਵੀਰ ਪੇਸ਼ ਕਰਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਇੱਕ ਵਾਰ ਫਿਰ ਅੱਜ ਦਾ ਪ੍ਰੋਗਰਾਮ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਇ ਅਤੇ ਨਾਲ ਦੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਜਾਈ ਨੂੰ ਜਲਵੇ ਜੱਗੀ ਦੇ ਵਿੱਚ। ਖਬਰਾਂ ਦੀ ਗੱਲਬਾਤ ਅੱਜ ਕਰੀਦੀ ਹੈ, ਖਬਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਖਬਰਾਂ ਤੁਹਾਡੇ ਸਾਹਮਣੇ ਹੀ ਹੈ। ਰੋਜ਼ ਆਪਾਂ ਦੇਖਦੇ ਹਾਂ, ਸਭ ਤੋਂ ਸਰਗਰਮ ਖਬਰ ਜਿਹੜੀ ਰਹੀ ਹੈ ਉਹ ਚੰਦਰਯਾਨ 'ਤੇ ਜਿਹੜਾ ਵਿਕਟਰ ਸਾਹਿਬ ਗਏ ਸੀਗੇ ਉਹ ਨੇੜੇ ਜਾ ਕੇ ਉਹਨਾਂ ਨੂੰ ਕੋਈ ਤਕਨੀਕੀ ਖਰਾਬੀ ਆ ਗਈ ਤਾਂ ਉਹ ਕਹਿੰਦੇ ਵੀ ਲੈਂਡ ਪ੍ਰੋਪਰ ਨਹੀਂ ਕਰ ਸਕੇ। ਸਭ ਤੋਂ ਜ਼ਿਆਦਾ ਖਬਰ ਜੇ ਅਸੀਂ ਪੜ੍ਹੇ ਲਿਖੇ ਥੋੜ੍ਹੇ ਬਹੁਤ ਲੋਕਾਂ ਦੀ ਗੱਲ ਕਰੀਏ ਜਾਂ ਪੰਜਾਬ ਦੇ ਯੂਥ ਦੀ ਗੱਲ ਕਰੀਏ ਤਾਂ ਇਹ ਖਬਰ ਕਾਫੀ ਸਰਗਰਮ ਰਹੀ ਹੈ। ਦੂਜੀ ਖਬਰ ਜਿਹੜੀ ਇੱਕ ਪੰਜਾਬ ਦੀ ਹੈਗੀ ਹੈ ਉਹ ਇਹ ਸੀਗੀ ਕਿ ਇੱਕ BJP ਦੇ ਨੇਤਾ ਨੇ ਕਿਹਾ ਕਿ ਅਗਰ ਗਊਮੂਤਰ ਦੇ ਨਾਲ ਗਾਂ ਦੇ ਪਿਸ਼ਾਬ ਵਾਲੀਆਂ ਦਵਾਈਆਂ ਬਣੀਆਂ ਹੋਈਆਂ ਲੇਡੀਜ਼ ਪ੍ਰੈਗਨੈਂਟ ਲੇਡੀਜ਼ ਖਾਣ ਗਈਆਂ ਤਾਂ ਉਹਨਾਂ ਦੇ ਨਿਆਣੇ ਬੁੱਧੀਮਾਨ ਜਾਣੀ ਕਿ ਸਿਆਣੇ ਪੈਦਾ ਹੋਣਗੇ। ਦੇਖੋ ਜੀ, ਤਾਂ ਹੀ ਗਾਈਆਂ ਦਾ ਕੌਨਫੀਡੈਂਸ ਅੱਜ ਕੱਲ੍ਹ ਵੱਧ ਗਿਆ, ਇਹਨਾਂ ਜਿੱਥੇ ਮਰਜ਼ੀ ਜਾ ਵੜਦੀਆਂ, ਜਿਹਨੂੰ ਮਰਜ਼ੀ ਢੁੱਡ ਮਾਰਨੀਆਂ ਏਅਰਪੋਰਟ 'ਤੇ ਪਹੁੰਚ ਜਾਂਦੀਆਂ, ਉਹਨਾਂ ਨੂੰ ਪਤਾ ਵੀ ਉਹਨਾਂ ਦੇ ਪਿਸ਼ਾਬ ਦੇ ਨਾਲ ਜੇ ਲੋਕ ਸਿਆਣੇ ਹੋ ਸਕਦੇ ਆ ਤਾਂ ਫਿਰ ਉਹਨਾਂ ਦੀ ਵਾਕਿਆ ਹੀ ਵੈਲਿਊ ਬਹੁਤ ਹੈਗੀ ਆ। ਚਲੋ BJP ਦੀ ਇਹ ਗੱਲ ਹੈਗੀ, ਪਰ ਮੈਂ ਇਹਦੇ ਬਾਰੇ ਤਾਂ ਇਹੀ ਕਹੂੰਗਾ ਕਿ ਬੱਕਰੀ ਨੇ ਊਠ ਜੰਮਿਆ ਸੌਂ ਰੱਬ ਦੀ ਝੂਠ ਨਾ ਬੋਲਾਂ। ਇੱਕ ਹੋਰ ਖਬਰ ਹੈਗੀ ਜੀ ਕਿ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਹੋਈ ਰੱਦ ਅਤੇ ਜੇਲ੍ਹ ਦੇ ਵਿੱਚ ਉਹਨੂੰ ਹੋ ਗਈ ਖੰਘ, ਅਤੇ ਅੱਜ ਕੱਲ੍ਹ ਉਹ ਇਹੀ ਗੀਤ ਗਾਉਂਦੀ ਆ, ਮੈਂ ਤਾਂ ਹੋ ਗਈ ਹਕੀਮ ਜੀ ਅੱਗੇ ਨਾਲੋਂ ਤੰਗ। ਚਲੋ ਜੀ, ਇਹਨਾਂ ਖਬਰਾਂ ਤੋਂ ਬਾਅਦ ਆਪਾਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਉਹਨਾਂ ਵਾਲੇ ਪਾਸੇ ਚੱਲਦੇ ਹਾਂ। ਗਾਂ ਦੀ ਗੱਲ ਚੱਲੀ ਹੈ, ਗਾਂ ਨਾਲ ਸੰਬੰਧਿਤ ਇੱਕ ਹੋਰ ਖਬਰ ਹੈਗੀ ਆ ਮਹਾਰਾਸ਼ਟਰ ਦਾ ਬੁਢਲਾਣਾ ਜ਼ਿਲ੍ਹੇ ਦੇ ਟਾਕਰ ਖੇਡ ਪਿੰਡ ਦੀ ਖਬਰ ਹੈ ਜੀ। ਇਹ ਹੈਰਾਨੀ ਵਾਲੀ ਖਬਰ ਇਸ ਕਰਕੇ ਹੈ ਗਾਂ ਨਾਲ ਸੰਬੰਧਿਤ, ਅਕਸਰ ਅਸੀਂ ਗਾਂ ਨੂੰ ਘਾਹ ਫੂਸ ਖਾਂਦੇ ਦੇਖਿਆ, ਘਾਹ ਖਾਂਦੀ ਹੈ, ਬੜਾ ਵਧੀਆ, ਬੜੀ ਸਾਊ ਜਾਨਵਰ ਇਹ ਮੰਨੀ ਜਾਂਦੀ ਹੈ। ਵੈਸੇ ਤਾਂ ਇਹ ਗਾਂ ਨੂੰ ਨਿਆਣਾ ਪਾਉਣਾ ਪੈਂਦਾ, ਜੋ ਦੁੱਧ ਚੋਣਾ ਹੋਵੇ ਮੱਝ ਨੂੰ ਨਹੀਂ ਪਾਉਣਾ ਪੈਂਦਾ, ਇਸ ਕਰਕੇ ਬਾਹਲੀ ਸਾਊ ਨਹੀਂ ਆਪਾਂ ਕਹਿ ਸਕਦੇ। ਘਾਹ ਘੂ ਖਾਂਦੀ ਹੈ, ਤੂੜੀ ਖਾਂਦੀ ਹੈ, ਜਾਂ ਫਿਰ ਅਸੀਂ ਕਦੀ ਦੇਖਦੇ ਹਾਂ ਵਿਚਾਰੀਆਂ ਜਿਹੜੀਆਂ ਆਵਾਰਾ ਗਾਈਆਂ ਹੈਗੀਆਂ ਉਹ ਕੂੜੇ ਦੇ ਢੇਰ ਤੋਂ ਪੋਲੀਥੀਨ ਮੋਮ ਜਾਮਾ ਚੱਕ ਕੇ ਉਹ ਖਾਣ ਲੱਗ ਪੈਂਦੀਆਂ। ਪਰ ਜੇ ਅਸੀਂ ਕਹੀਏ ਕਿ ਗਾਂ ਚਿਕਨ ਖਾਣ ਲੱਗ ਪਈ ਤਾਂ ਵਾਕਈ ਹੈਰਾਨੀ ਵਾਲੀ ਗੱਲ ਹੈ। ਇਹ ਮਹਾਰਾਸ਼ਟਰ ਦੇ ਬੁਢਲਾਣਾ ਜ਼ਿਲ੍ਹੇ ਦੇ ਟਾਕੜ ਪਿੰਡ ਦੀ ਖਬਰ ਹੈ ਜੀ ਕਿ ਗਾਈ ਕਿਸੇ ਨੇ ਰੱਖੀ ਹੋਈ ਹੈ ਘਰੇ, ਗਾਵਾਂ ਰੱਖੀਆਂ ਹੋਈਆਂ ਬੰਦੇ ਨੇ, ਕਿਸਾਨ ਨੇ, ਔਰ ਉਹਦੀਆਂ ਮੁਰਗੀਆਂ ਵੀ ਰੱਖੀਆਂ ਹੋਈਆਂ ਨੇ, ਮੁਰਗੀਆਂ ਰੱਖੀਆਂ ਨਾਲ ਮੁਰਗੇ ਵਗੈਰਾ ਰੱਖੇ ਹੋਏ ਸੀ। ਤਾਂ ਮੁਰਗੀ ਇੱਕ ਅੱਧੀ ਗਾਇਬ ਹੋ ਗਈ ਇੱਕ ਦਿਨ, ਉਹਨੇ ਕਿਹਾ ਵੀ ਚੱਲ ਕੋਈ ਲੈ ਲੂਗੇ ਆਉਣਾ, ਇੱਧਰ ਉੱਧਰ ਹੋ ਗਈ ਹੋਣੀ। ਦੋ ਚਾਰ ਦਿਨ ਬਾਅਦ ਇੱਕ ਹੋਰ ਗਾਇਬ ਹੋ ਗਈ, ਬਾਅਦ 'ਚ ਦੇਖਿਆ ਜੀ ਉਹ ਗਾਈ ਨੂੰ ਚਸਕਾ ਪੈ ਗਿਆ ਇੱਕ ਨੂੰ ਮੁਰਗੇ ਖਾਣ ਦਾ। ਉਹ ਇੱਕ ਅੱਧਾ ਮੁਰਗਾ ਚੱਕ ਰਹੀ ਸੀ ਅਤੇ ਪੂਰੇ ਦਾ ਪੂਰਾ ਸਬੂਤਾ ਹੀ ਖਾ ਜਾਂਦੀ ਸੀ, ਉਹਨੂੰ ਪਤਾ ਨਹੀਂ ਕਿੱਥੋਂ ਆਦਤ ਪਾ ਕੇ। ਹੁਣ ਆਪ ਹੀ ਸੋਚੋ, ਜਿਸ ਮੁਲਕ ਦੇ ਵਿੱਚ ਗਾਂ ਦਾ ਮਾਸ ਖਾਣਾ ਮਨ੍ਹਾ, ਜਿਸ ਮੁਲਕ ਦੇ ਵਿੱਚ ਕਈ ਜਗ੍ਹਾ ਗਾਂ ਦਾ ਮਾਸ ਖਾਣਾ ਕੀ ਲਿਆਉਣਾ ਦੇਖਣਾ ਅਪਰਾਧ ਮੰਨਿਆ ਜਾਂਦਾ ਕਾਨੂੰਨੀ ਤੌਰ 'ਤੇ, ਉਸ ਮੁਲਕ ਦੀਆਂ ਗਾਵਾਂ ਹੀ ਆਪ ਹੀ ਮਾਸ ਖਾਣ ਲੱਗ ਪੈਣ, ਅਤੇ ਉਹ ਤੋਂ ਬਾਅਦ ਫਿਰ ਕੀ ਹਾਲ ਹੋ ਸਕਦਾ ਉਸ ਮੁਲਕ ਦਾ। ਵੈਸੇ ਇਹ ਅਜੀਬ ਜਿਹੀ ਖਬਰ ਸੀਗੀ ਉੱਥੋਂ ਦੀ, ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰ ਲਈਏ। ਤਾਂ ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਇਹ ਹੈ ਕਿ ਮੋਦੀ ਸਾਹਿਬ ਨੂੰ ਗਿਫਟ ਮਿਲਦੇ ਨੇ ਬਹੁਤ। ਵੈਸੇ ਤਾਂ ਕੋਈ ਵੀ ਬੰਦਾ ਜਦੋਂ ਉਹਦੀ ਚੜ੍ਹਾਈ ਹੋ ਜਾਂਦੀ ਹੈ, ਜਦੋਂ ਉਹਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ, ਉਹ ਆਰਾਮ ਨਾਲ ਉਹ ਚੀਜ਼ ਖਰੀਦ ਸਕਦਾ, ਉਦੋਂ ਉਹਨੂੰ ਗਿਫਟ ਵਾਹਵਾ ਮਿਲਦੇ ਨੇ, ਜਾਂ ਉਹਨੂੰ ਗਿਫਟ ਮਿਲਦੇ ਨੇ ਉਦੋਂ ਜਿਹੜਾ ਬੰਦਾ ਤਕੜਾ ਹੁੰਦਾ ਉਹਨੂੰ ਵੱਡੇ ਵੱਡੇ ਗਿਫਟ ਮਿਲਦੇ ਨੇ। ਜਾਂ ਫਿਰ ਪੰਜਾਬ ਦੀ ਗੱਲ ਕਰੀਏ ਤਾਂ ਪੱਤਰਕਾਰਾਂ ਨੂੰ ਗਿਫਟ ਮਿਲਦੇ ਨੇ, ਦਿਵਾਲੀ 'ਤੇ ਮੋਬਾਈਲ, ਨਵੇਂ ਸਾਲ 'ਤੇ ਲੈਪਟਾਪ, ਵੱਡੇ ਪੱਤਰਕਾਰਾਂ ਨੂੰ ਕਾਰਾਂ, ਇਹ ਜਿਹੜੇ ਗਿਫਟ ਮਿਲਦੇ ਨੇ। ਮੋਦੀ ਸਾਹਿਬ ਨੂੰ ਪਿੱਛੇ ਜਿਹੇ ਗਿਫਟ ਮਿਲਿਆ ਸੀਗਾ, ਜਿਹੜੀ ਜੈਕਟ ਸੀ ਉਹ 10 ਲੱਖ ਰੁਪਏ ਦੀ ਸੀਗੀ, ਅਤੇ ਬੜਾ ਰੌਲਾ ਪਿਆ ਸੀ ਉਹਦਾ ਵੀ ਸੋਨੇ ਦੀਆਂ ਤਾਰਾਂ ਲੱਗੀਆਂ ਉਹਦੇ 'ਚ। ਖੈਰ ਇਹ ਮੋਦੀ ਸਾਹਿਬ ਦੇ ਸ਼ੌਕ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਅਸੀਂ ਗੱਲ ਕਰੀਏ ਮੋਦੀ ਸਾਹਿਬ ਦੇ ਦਫ਼ਤਰ ਦੀ, ਕਾਂਗਰਸ ਨੇ ਜੋ ਪਿਛਲੇ 65-70 ਸਾਲਾਂ ਦੇ ਵਿੱਚ ਦਫ਼ਤਰ ਜਿਹੜਾ
PM ਹਾਊਸ ਹੈਗਾ, ਪ੍ਰਾਈਮ ਮਿਨਿਸਟਰ ਦਾ ਹਾਊਸ ਹੈ, ਉਹ ਚੱਲਦਾ ਸੀਗਾ। ਅਤੇ ਹੁਣ ਉਹਦੇ 'ਤੇ ਸੁਣਨ ਦੇ ਵਿੱਚ ਆਇਆ ਵੀ 1300 ਕਰੋੜ ਰੁਪਈਆ ਉੱਤੇ ਲੱਗਿਆ ਜੀ ਦਫ਼ਤਰ ਦੀ ਤਿਆਰੀ 'ਤੇ। ਪਤਾ ਨਹੀਂ ਹੁਣ ਸੋਨੇ ਕੁਰਸੀਆਂ ਮੇਜ਼ ਵੀ ਸੋਨੇ ਦੀਆਂ ਬਣਾ ਲਈਆਂ। ਚਲੋ ਆਪਾਂ ਗੱਲ ਕਰਦੇ ਸੀ ਮੋਦੀ ਸਾਹਿਬ ਦੇ ਗਿਫਟਾਂ ਦੀ। ਉਹਨਾਂ ਨੂੰ ਤਾਜ਼ਾ ਇੱਕ ਗਿਫਟ ਮਿਲਿਆ ਜੀ ਹੁਣੇ ਛੱਤੀਸਗੜ੍ਹ ਦੇ ਵਿੱਚ ਵਿਗਿਆਨਕ ਨੇ ਇੱਕ ਨੇ ਗਿਫਟ ਤਿਆਰ ਕੀਤਾ। ਖੈਰ ਮੈਨੂੰ ਚੰਗੀ ਲੱਗੀ ਗੱਲ ਉਹਦੀ। ਖੇਮਦਾਸ ਮਹੰਤ ਕੋਈ ਵਿਗਿਆਨਕ ਹੈਗਾ, ਉਹਨੇ ਗਿਫਟ ਕੀ ਤਿਆਰ ਕੀਤਾ, ਕੇਲੇ ਦੇ ਪੱਤਿਆਂ ਤੋਂ ਅਤੇ ਕੇਲੇ ਦੇ ਤਣਿਆਂ ਤੋਂ ਇੱਕ ਜੈਕਟ ਬਣਾਈ, ਇੱਕ ਸ਼ੋਲ ਬਣਾਇਆ। ਇਹ ਬਣਾ ਕੇ ਦੋਨੇ ਮੋਦੀ ਸਾਹਿਬ ਨੂੰ ਦਿੱਤੇ ਅਤੇ ਮੋਦੀ ਸਾਹਿਬ ਨੇ ਪਾ ਕੇ ਉਸ ਰੈਲੀ ਦੇ ਵਿੱਚ, ਕਿਸਾਨਾਂ ਦੀ ਰੈਲੀ ਸੀਗੀ ਕੋਈ, ਉੱਥੇ ਸੰਬੋਧਨ ਵੀ ਕੀਤਾ। ਅਤੇ ਇਹੋ ਜਿਹੇ ਕੰਮਾਂ ਨੂੰ ਮੋਦੀ ਸਾਹਿਬ ਤੇਜ਼ ਨੇ ਵੀ ਜਦੋਂ ਜਿੱਥੋਂ ਵੀ ਲਾਹਾ ਮਿਲਦਾ ਉੱਥੇ ਲੈ ਲੈਂਦੇ, ਚਾਹੇ ਉਹ ਸੈਲਫੀ ਦੇ ਵਿੱਚ ਹੋਵੇ ਅਤੇ ਚਾਹੇ ਕਿਸੇ ਬਾਹਰਲੇ ਮੁਲਕ ਦੇ ਲੀਡਰ ਦੇ ਨਾਲ ਜੱਫੀ ਪਾਉਣ ਵੇਲੇ ਹੋਵੇ, ਅਤੇ ਲਾਹਾ ਜਿੱਥੋਂ ਮਿਲਦਾ ਲੈ ਲੈਂਦੇ, ਛੱਡਦੇ ਨਹੀਂ ਹੈਗੇ। ਸੋ ਇਸ ਜੈਕਟ ਦਾ ਕੇਲਿਆਂ ਨਾਲ ਬਣੀ, ਕੇਲਿਆਂ ਦੇ ਦਰਖਤ ਨਾਲ ਬਣੀ ਹੋਈ, ਕੇਲੇ ਦੇ ਤਣਿਆਂ ਨਾਲ ਬਣੀ ਹੋਈ, ਬੁਣ ਕੇ ਉਹਨੇ ਬਕਾਇਦਾ ਦਿੱਤੀ ਜੈਕਟ। ਮੋਦੀ ਸਾਹਿਬ ਨੇ ਇਹ ਕਿਹਾ ਵੀ ਇਹ ਜੈਕਟਾਂ ਤੁਸੀਂ ਬਣਾਓ ਅਤੇ ਇਹਨੂੰ ਅਸੀਂ ਤੁਹਾਡੇ ਇਹਦਾ ਬਿਜ਼ਨਸ ਸ਼ੁਰੂ ਕਰੋ ਤੁਸੀਂ ਸਾਰੇ ਜਣੇ। ਅਤੇ ਚਲੋ ਇਸ ਵਿਗਿਆਨਕ ਦੀ ਦੇਖੋ ਜੀ, ਜਿੱਥੇ ਵਿਗਿਆਨਕਾਂ ਨੇ ਚੰਦ 'ਤੇ ਇਸਰੋ ਨੇ ਚਾੜ੍ਹਤਾ ਉਹ ਜਿਹੜਾ ਚੰਦਰਯਾਨ ਸੀ ਵਿਕਰਮ, ਅਤੇ ਉੱਥੇ ਕੇਲਿਆਂ ਦੇ ਪੱਤਿਆਂ ਦੀ ਜੈਕਟ ਜਾਂ ਤਣਿਆਂ ਦੀ ਜੈਕਟ ਤਾਂ ਬਹੁਤ ਛੋਟੀ ਗੱਲ ਹੈ। ਇੱਕ ਕਹਾਵਤ ਹੈ ਵੀ ਭਾਂਡੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਕੁੱਤੇ ਨੂੰ ਸ਼ਰਮ ਚਾਹੀਦੀ ਆ, ਜਾਂ ਇਹ ਕਹਾਵਤ ਹੈਗੀ ਆ ਵੀ ਜੇ ਘਰ ਬਗਾਨਾ ਹੈ ਢਿੱਡ ਤਾਂ ਆਪਣਾ। ਕਹਿਣ ਤੋਂ ਭਾਵ ਵੀ ਜੇ ਫਰੀ ਦਾ ਮਿਲਦਾ ਤਾਂ ਖਾਣ ਲੱਗੇ ਥੋੜ੍ਹੀ ਸ਼ਰਮ ਕਰਨੀ ਚਾਹੀਦੀ ਹੈ। ਦਿੱਲੀ ਦੇ ਇੱਕ ਭਾਈ ਸਾਹਿਬ ਨੇ, ਇੱਕ ਰੈਸਟੋਰੈਂਟ ਦੇ ਵਿੱਚ ਕੰਪੀਟੀਸ਼ਨ ਚੱਲਦਾ ਸੀਗਾ, ਕੰਪੀਟੀਸ਼ਨ ਕਾਹਦਾ ਸੀਗਾ, ਚਿੱਲੀ ਬਰਗਰ, ਮਿਰਚਾਂ ਵਾਲੇ ਬਰਗਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਿਹੜਾ ਬੰਦਾ ਸਭ ਤੋਂ ਵੱਧ ਖਾਊਗਾ ਅਤੇ ਉਹਨੂੰ ਇੱਕ ਮਹੀਨੇ ਵਾਸਤੇ ਬਰਗਰ ਉਸ ਦੁਕਾਨਦਾਰ ਨੇ ਫਰੀ ਕੀਤੇ ਸੀਗੇ। ਮਤਲਬ ਮੁੱਖ ਦੀ ਗੱਲ ਇਹ ਕਿ ਆਪਣਾ ਧੰਦਾ ਚਲਾਉਣ ਦਾ ਕੰਮ, ਜਿਹੜਾ ਮਸ਼ਹੂਰੀ ਖੱਟਣ ਦਾ ਕੰਮ ਹੁੰਦਾ, ਉਹ ਉਹਨੇ ਕੀਤਾ ਇਹਦੇ 'ਚ। ਅਤੇ ਇੱਕ ਦਿੱਲੀ ਦਾ ਜਿਹੜਾ ਨੌਜਵਾਨ ਮੁੰਡਾ ਸੀ, ਉਹਨੇ ਇੰਨੇ ਬਰਗਰ ਖਾ ਲਏ ਅੰਦਰੋਂ ਨਾੜਾਂ ਹੀ ਫਟ ਗਈਆਂ। ਕੰਪੀਟੀਸ਼ਨ ਉਹ ਜਿੱਤ ਗਿਆ ਮਹੀਨੇ ਖਾਣ ਦਾ, ਪਰ ਮਹੀਨਾ ਖਾਣ ਯੋਗਾ ਨਹੀਂ ਰਿਹਾ। ਅਤੇ ਸ਼ਰਤ ਇਹ ਸੀ ਵੀ ਖਾਣੇ ਆਪ ਪੈਣੇ, ਇਹ ਨਹੀਂ ਵੀ ਆਪ ਕਿਸੇ ਹੋਰ ਨੂੰ ਭੇਜਤਾ। ਇੱਕ ਵਾਰੀ ਉਹ ਖਾ ਕੇ ਕੰਪੀਟੀਸ਼ਨ ਜਿੱਤ ਗਿਆ, ਉਸ ਤੋਂ ਬਾਅਦ ਉਹਦੀਆਂ ਅੰਦਰੋਂ ਆਂਦਰਾਂ ਫਟ ਗਈਆਂ, ਡਾਕਟਰਾਂ ਨੇ ਓਪਰੇਸ਼ਨ ਕਰਕੇ ਠੀਕ ਕੀਤਾ। ਅਤੇ ਨਾਲ ਇਹ ਵੀ ਕਿਹਾ ਵੀ ਕਾਕਾ ਹੁਣ 3 ਮਹੀਨੇ ਕੁਛ ਖਾ ਨਹੀਂ ਸਕਦਾ। ਸੋ ਕੁਛ ਵੀ ਖਾਂਦੇ ਪੀਂਦੇ ਹਾਂ ਤਾਂ ਬਹੁਤ ਸੋਚ ਸਮਝ ਕੇ ਖਾਣਾ ਚਾਹੀਦਾ। ਆਪਾਂ ਅਕਸਰ ਦੇਖਿਆ ਕਿ ਕਈ ਫਿਰ ਖਾਂਦੇ ਨਹੀਂ ਹੈਗੇ, ਲਾਹਾ ਲੈਂਦੇ ਨੇ। ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਹ ਗੱਲ ਨੋਟ ਕੀਤੀ। ਚਲੋ ਆਪਾਂ ਉਧਰਲੇ ਪਾਸੇ ਨਹੀਂ ਜਾਣਾ। ਭਰੂਣ ਟੈਸਟ ਕੀਤਾ ਜਾਂਦਾ ਪੰਜਾਬ ਦੇ ਵਿੱਚ, ਗੈਰ ਕਾਨੂੰਨੀ ਹੈ, ਭਾਰਤ ਦੇ ਵਿੱਚ ਗੈਰ ਕਾਨੂੰਨੀ ਹੈ ਕਿ ਲਿੰਗ ਟੈਸਟ ਕਰਨਾ ਵੀ ਮੁੰਡਾ ਕਿ ਕੁੜੀ, ਜਿਹੜੀ ਆਪਾਂ ਗੱਲ ਕਰਦੇ ਬਾਹਰਲੇ ਮੁਲਕਾਂ ਦੇ ਵਿੱਚ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਸਿਆਣੀਆਂ ਜਨਾਨੀਆਂ ਹੁੰਦੀਆਂ ਸੀ ਜਾਂ ਦਾਈਆਂ ਹੁੰਦੀਆਂ ਸੀ, ਤਾਂ ਉਹ ਦੱਸ ਦਿੰਦੀਆਂ ਸੀ ਵੀ ਜੇ ਔਰਤ ਇਸ ਭਾਰ ਪੈਂਦੀ ਹੈ, ਖੱਬੇ ਪਾਸੇ ਸੱਜੇ ਪਾਸੇ ਸੌਂਦੀ ਹੈ, ਖੱਬੇ ਪਾਸੇ ਸੌਂਦੀ ਹੈ, ਮੁੰਡਾ ਹੋਊ ਕੋਈ ਕੁੜੀ ਹੋਊ, ਤਾਂ ਬਾਹਲੇ ਉਹਦੇ 'ਚੋਂ ਫਿਰ ਕਈ ਵਾਰੀ ਤੁੱਕਾ ਸਹੀ ਲੱਗ ਜਾਂਦਾ ਸੀਗਾ। ਝਾਰਖੰਡ ਦੇ ਵਿੱਚ ਅੱਜ ਵੀ 400 ਸਾਲ ਪੁਰਾਣਾ ਤਰੀਕਾ ਇਹ ਵਰਤਿਆ ਜਾਂਦਾ ਕਿ ਮੁੰਡਾ ਕਿ ਕੁੜੀ ਟੈਸਟ ਕਰਨ ਵਾਸਤੇ। ਇਹ ਲੋਹਰਦਗਾ ਸਥਿਤ ਖੁਖਰਾ ਪਿੰਡ ਹੈ ਜੀ ਕੋਈ, ਝਾਰਖੰਡ ਦੇ ਵਿੱਚ। ਉੱਥੇ 400 ਸਾਲ ਪੁਰਾਣੀ ਧਾਰਨਾ, ਲੋਕ ਕਹਿੰਦੇ ਵੀ 400 ਸਾਲ ਤੋਂ ਉੱਥੇ ਇੱਕ ਪਹਾੜੀ ਹੈ, ਪਹਾੜੀ ਦੱਸਦੀ ਹੈ ਵੀ ਮੁੰਡਾ ਹੋਊ ਕਿ ਕੁੜੀ ਹੋਊ। ਹੈ ਇਹ ਵੀ ਗੱਲ ਵੈਸੇ ਹੈਰਾਨੀ ਵਾਲੀ ਹੈ, ਪੰਜਾਬ 'ਚ ਤਾਂ ਬਾਬੇ ਪੁੱਛਾ ਦਿੰਦੇ ਨੇ ਅਤੇ ਉੱਥੇ ਝਾਰਖੰਡ ਦੇ ਵਿੱਚ ਪਹਾੜੀ ਪੁੱਛਾ ਦੇਈ ਜਾਂਦੀ ਹੈ। ਪਰ ਪਰੰਪਰਾ ਜੀ ਬੜੀ ਹੈਰਾਨ ਕਰਨ ਵਾਲੀ ਪਰੰਪਰਾ, ਔਰ ਲੋਕਾਂ ਦਾ ਵਿਸ਼ਵਾਸ ਹੈ, ਵਿਸ਼ਵਾਸ ਆਪਾਂ ਕਿਸੇ ਦਾ ਤੋੜਦੇ ਨਹੀਂ। ਵਿਸ਼ਵਾਸ ਇਹ ਹੈ ਕਿ ਉਸ ਪਹਾੜੀ ਦੇ ਉੱਪਰ ਇੱਕ ਚੰਦਨੁਮਾ ਆਕਾਰ ਕੋਈ ਬਣਿਆ ਖੁਦਿਆ ਹੋਇਆ ਕੁਦਰਤੀ ਤੌਰ 'ਤੇ, ਚੰਦਰਮਾ। ਕਿਹਾ ਇਹ ਜਾਂਦਾ, ਧਾਰਨਾ ਇਹ ਹੈ, ਪਰੰਪਰਾ ਇਹ ਹੈ ਕਿ ਉੱਥੇ ਇੱਕ ਨਿਸ਼ਚਿਤ ਸਮੇਂ 'ਤੇ ਅਤੇ ਨਿਸ਼ਚਿਤ ਦੂਰੀ ਤੋਂ ਜਿਹੜੀ ਪ੍ਰੈਗਨੈਂਟ ਔਰਤ ਹੈ ਉਹ ਉਸ ਪਹਾੜੀ ਵੱਲ ਪੱਥਰ ਸਿੱਟਦੀ ਹੈ। ਮੰਨਿਆ ਇਹ ਜਾਂਦਾ ਵੀ ਪੱਥਰ ਜਿਹੜਾ ਹੈਗਾ ਜੇ ਤਾਂ ਚੰਦਰਮਾ ਦੇ ਵਿੱਚ ਲੱਗ ਗਿਆ ਫਿਰ ਤਾਂ ਹੋਊਗਾ ਮੁੰਡਾ,
ਅਤੇ ਜੇ ਉਹ ਪੱਥਰ ਚੰਦਰਮਾ ਦੇ ਉਹ ਆਕਾਰ ਦੇ ਵਿੱਚ ਨਹੀਂ ਲੱਗਿਆ ਤਾਂ ਫੇਰ ਹੋਊਗੀ ਕੁੜੀ। ਇਹਦਾ ਮਤਲਬ ਇਹ ਹੈ ਅੱਜ ਵੀ ਉਹ ਚੀਜ਼ ਹੈਗੀ ਹੈ ਟੈਸਟ ਕਰਨ ਵਾਲੀ ਗੱਲ, ਅਤੇ ਮਤਲਬ ਹੈਗੀ ਸਾਡੀ ਸੋਚ ਹੈਗੀ ਇਹ। ਇਹਦਾ ਮਤਲਬ ਇਹ ਪਹਿਲਾਂ ਘਰ ਵਾਲਾ ਉਹਦੀ ਪ੍ਰੈਕਟਿਸ ਕਰਾਉਂਦਾ ਹੋਊਗਾ ਵੀ ਜਿਵੇਂ ਬੱਚਾ ਨਹੀਂ ਟੈਸਟ ਕਰਨ ਜਾਣਾ ਓਲੰਪਿਕ ਦੇ ਵਿੱਚ ਜਾਣਾ, ਉਹਨੂੰ ਪਹਿਲਾਂ ਵੱਟੇ ਮਾਰ ਮਾਰ ਕੇ ਨਿਸ਼ਾਨਾ ਲਵਾਉਂਦਾ ਹੋਊਗਾ, ਇੱਥੇ ਨਿਸ਼ਾਨਾ ਲਾ ਇੱਥੇ ਨਿਸ਼ਾਨਾ, ਫੇਰ ਜਾਂਦੇ ਹੁੰਦੇ। ਚਲੋ ਕੋਈ ਵੀ ਹੈਗਾ ਜੀ, ਕੋਈ ਵੀ ਕਿਸੇ ਤਰ੍ਹਾਂ ਵੀ ਟੈਸਟ ਕਰਦਾ ਕਿ ਮੁੰਡਾ ਕਿ ਕੁੜੀ ਹੈ ਪੰਜਾਬ ਦੇ ਵਿੱਚ, ਅੱਜ ਵੀ ਹਜ਼ਾਰਾਂ ਟੈਸਟ ਹੁੰਦੇ ਨੇ, ਅੱਜ ਵੀ 2 ਨੰਬਰ ਦੇ ਵਿੱਚ ਪਤਾ ਲੱਗ ਜਾਂਦਾ, ਅੱਜ ਵੀ ਅਬੋਰਸ਼ਨ ਹੁੰਦੇ ਨੇ ਕੁੜੀਆਂ ਹੋਣ ਦੇ ਬਾਵਜੂਦ, ਕੁੜੀ ਦਾ ਜਦੋਂ ਪਤਾ ਲੱਗ ਜਾਂਦਾ ਕਿਸੇ ਵੀ ਤਰੀਕੇ ਨਾਲ ਚੈੱਕ ਕਰਦੇ ਨੇ, ਚਾਹੇ ਡਾਕਟਰ ਨੇ ਚਾਹੇ ਅਲਟਰਾਸਾਊਂਡ ਦੇ ਚਾਹੇ ਇਹ ਤਰੀਕੇ ਨੇ, ਮੈਂ ਇਹ ਸਮਝਦਾ ਕਿ ਇਹ ਬੰਦ ਹੋਣੇ ਚਾਹੀਦੇ ਆ ਔਰ ਬੰਦ ਇਹ ਅਸੀਂ ਕਰਨੇ ਆ। ਖੈਰ ਖਬਰਾਂ ਥੋੜ੍ਹੀਆਂ ਜਿਹੀਆਂ ਲੰਬੀਆਂ ਹੋ ਗਈਆਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲਾਂ ਵੱਲ ਅਤੇ ਵਿਸ਼ੇ ਵੱਲ ਚੱਲਾਂਗੇ, ਅਤੇ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਜੈਨੂ ਜਲਵੇ ਜੱਗੀ ਦੇ ਵਿੱਚ, ਚੱਲਦੇ ਹਾਂ ਆਪਾਂ ਵਿਸ਼ੇ ਵੱਲ ਅਤੇ ਤੁਹਾਡੀਆਂ ਕਾਲਾਂ ਵਾਲੇ ਪਾਸੇ। ਖਬਰਾਂ ਦੇ ਵਿੱਚ ਕਾਫੀ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਅਸੀਂ ਵਿਸ਼ਾ ਰੱਖ ਸਕਦੇ, ਪਰ ਉਹ ਫਿਰ ਮੈਨੂੰ ਲੱਗਦਾ ਵੀ ਕਈ ਵਾਰ ਤੁਹਾਨੂੰ ਹੋ ਸਕਦਾ ਚੰਗਾ ਨਾ ਲੱਗੇ, ਫਿਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵਿਸ਼ਾ ਇਹ ਰੱਖੀਏ ਕਿ ਤਕਰੀਬਨ ਸਾਰਿਆਂ ਨੂੰ ਉਹ ਚੰਗਾ ਲੱਗੇ, ਸਾਰੇ ਉਹਦੇ 'ਚ ਇਨਵੋਲਵ ਹੋ ਸਕਣ। ਇੱਕ ਲਫ਼ਜ਼ ਹੈ ਖੁਸ਼ੀ, ਹੈਪੀਨੈਸ, ਔਰ ਆਪਾਂ ਖੁਸ਼ੀ ਹੁੰਦੀ ਹੈ ਤਾਂ ਸਾਰੇ ਖੁਸ਼ ਹੁੰਦੇ ਹਾਂ, ਫਿਰ ਰੱਬ ਵੀ ਚੇਤੇ ਨਹੀਂ ਰਹਿੰਦਾ, ਕੋਈ ਚੰਗਾ ਕੰਮ ਕਰਦੇ ਕੋਈ ਕਾਮਯਾਬੀ ਮਿਲਦੀ ਹੈ ਤਾਂ ਫਿਰ ਬੱਲੇ 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 ਕਾਲਰ ਖੜ੍ਹੇ, ਲੀਡਰ ਵੀ ਜਿੱਤ ਗਏ ਅਤੇ ਸਾਰੇ ਇਹ ਇੱਕ। ਮੈਂ ਹਾਲਾਂਕਿ ਇੱਕ ਗੁਰੂ ਘਰ ਕਿਤੇ ਗਿਆ, ਚਲੋ ਗੱਲ ਕਹਿਣੀ ਨਹੀਂ ਚਾਹੀਦੀ, ਨਾਮ ਨਹੀਂ ਆਪਾਂ ਲੈਣਾ ਕਿਸੇ ਦਾ, ਉਹਨਾਂ ਨੇ ਜਿੰਨਿਆਂ ਨੇ ਵੀ ਗੱਲ ਕੀਤੀ ਉੱਥੇ ਪ੍ਰਬੰਧਕਾਂ ਨੇ ਜਿੰਨਿਆਂ ਨੇ ਵੀ ਗੱਲ ਕੀਤੀ, ਉਹਨਾਂ ਨੇ ਇਹੀ ਗੱਲ ਕੀਤੀ ਕਿ ਮੈਂ ਆਹ ਕੀਤਾ, ਮੈਂ ਇੰਨੇ ਸਾਲ ਤੋਂ ਗੁਰੂ ਘਰ 'ਚ ਆਹ ਕੀਤਾ, ਮੈਂ ਗੁਰੂ ਘਰ 'ਚ ਚੰਗੇ ਕੰਮ ਕੀਤੇ 'ਚ ਕੋਈ ਸ਼ੱਕ ਨਹੀਂ, ਬਹੁਤ ਚੰਗੇ ਕੀਤੇ, ਪਰ ਮੈਂ ਕੀਤੇ, ਵਾਹਿਗੁਰੂ ਨੇ ਨਹੀਂ ਕੀਤੇ ਜਾਂ ਕਰਾਏ ਨਹੀਂ ਉਹਨਾਂ ਨੇ। ਸੋ ਇਹ ਚੀਜ਼ ਆ ਫਿਤਰਤ ਹੈਗੀ ਆ, ਅਤੇ ਖੁਸ਼ੀ ਜੇ ਕਹਿੰਦੇ ਵੀ ਲੱਭਣ ਜਾਈਏ ਤਾਂ ਮਿਲਦੀ ਨਹੀਂ, ਜੇ ਬੰਦੇ ਨੇ ਖੁਸ਼ੀ ਲੱਭਣੀ ਹੈ ਤਾਂ ਉਹਨੂੰ ਦੁੱਖਾਂ ਦੇ ਵਿੱਚੋਂ ਵੀ ਲੱਭ ਜਾਂਦੀ ਹੈ, ਇਹ ਅਕਸਰ ਸਿਆਣੇ ਕਹਿੰਦੇ ਨੇ ਇਹ ਗੱਲਾਂ। ਔਰ ਖੁਸ਼ੀ ਲੱਭਣ ਵਾਸਤੇ ਸਿਆਣੇ ਇਹ ਕਹਿੰਦੇ ਦੂਰ ਜਾਣ ਦੀ ਲੋੜ ਨਹੀਂ, ਤੁਸੀਂ ਆਪਣੇ ਅੰਦਰ ਝਾਤੀ ਮਾਰੋ, ਖੁਸ਼ ਰੱਖੋ, ਖੁਸ਼ ਰਹੋ, ਪਰ ਸਾਡੀ ਫਿਤਰਤ ਇਹ ਬਣ ਗਈ ਆ ਜਾਂ ਸਾਡੀ ਸੋਚ ਇਹ ਬਣ ਗਈ ਆ ਵੀ ਅਸੀਂ ਖੁਸ਼ ਹੁੰਦੇ ਹੋਏ ਵੀ ਖੁਸ਼ ਰਹਿਣਾ ਹੀ ਨਹੀਂ ਚਾਹੁੰਦੇ। ਮਤਲਬ ਰੱਬ ਦੀਆਂ ਬਖਸ਼ੀਆਂ ਚੀਜ਼ਾਂ ਨੂੰ, ਰੱਬ ਦੀ ਬਖਸ਼ੀ ਕਿਰਪਾ ਨੂੰ ਸਾਡੇ ਦੰਦ ਘਾ ਜਾਂਦੇ ਖਾਂਦੇ ਖਾਂਦੇ, ਸਰੀਰ ਥੱਕ ਜਾਂਦਾ ਉਹਨੂੰ ਹੰਢਾਉਂਦੇ, ਮਨ ਦੇ ਮਨਾਉਂਦੇ, ਸੁੱਖ ਭੋਗਦੇ ਭੋਗਦੇ ਸਰੀਰ ਥੱਕ ਜਾਂਦਾ, ਪਰ ਅਸੀਂ ਸ਼ੁਕਰ ਨਹੀਂ ਮਨਾਉਂਦੇ। ਇਹ ਗੱਲ ਮੈਂ ਤਾਂ ਸ਼ੁਰੂ ਕੀਤੀ ਹੈ ਕਿ ਮੇਰੇ ਕੋਲ ਇੱਕ ਜਿਹੜੀ ਅਗਲੀ ਖਬਰ ਸੀਗੀ ਉਹ ਇਹ ਸੀਗੀ ਕਿ ਇੱਕ ਸਰਵੇ ਹੋਇਆ, ਸਰਵੇ ਕਾਹਦਾ ਹੋਇਆ, ਵਰਲਡਸ ਹੈਪੀਐਸਟ ਕੰਟਰੀ ਦੀ ਰਿਪੋਰਟ ਹੈ, ਦੁਨੀਆ ਭਰ ਦੇ ਖੁਸ਼ ਮੁਲਕਾਂ ਦੀ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ ਕੋਈ ਸਰਵੇ ਕਰਕੇ। ਹਰ ਸਾਲ ਕੋਈ ਸਰਵੇ ਕਰਦੀਆਂ ਕੰਪਨੀਆਂ ਬਣੀਆਂ ਨੇ ਵੀ ਸਭ ਤੋਂ ਖੁਸ਼ ਮੁਲਕ ਕਿਹੜੇ ਨੇ, ਸਭ ਤੋਂ ਖੁਸ਼ ਮੁਲਕ ਅਸੀਂ ਅਮਰੀਕਾ 'ਚ ਬੈਠੇ ਹਾਂ, ਕਨੇਡਾ ਨੂੰ ਮੰਨਦੇ ਹਾਂ, ਇੰਗਲੈਂਡ ਨੂੰ ਮੰਨਦੇ ਹਾਂ, ਪਰ ਸਭ ਤੋਂ ਖੁਸ਼ ਮੁਲਕ ਸਰਵੇ ਦੇ ਵਿੱਚ ਜਿਹੜੇ ਆਏ ਨੇ ਉਹ ਆਏ ਨੇ ਫਿਨਲੈਂਡ, ਫਿਨਲੈਂਡ ਨੰਬਰ 1 'ਤੇ, ਆਇਰਲੈਂਡ ਜਿਹੜਾ ਨੰਬਰ 2 'ਤੇ, ਅਤੇ ਇੱਕ ਜਿਹੜਾ ਆਇਰਲੈਂਡ ਨੰਬਰ 4 'ਤੇ ਆਇਆ। ਫਿਨਲੈਂਡ ਅਤੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਛੋਟੇ ਮੁਲਕ ਜਿਹੜੇ ਹੈਗੇ ਨੇ ਉਹ ਤਕਰੀਬਨ ਇਸ ਸਰਵੇ ਦੇ ਵਿੱਚ ਮੂਹਰੇ ਆਏ ਨੇ। ਹਾਂਜੀ, ਆਇਰਲੈਂਡ, ਡੈਨਮਾਰਕ ਅਤੇ ਨੋਰਵੇ। ਜਿੰਮੀ ਨੇ ਵੈਸੇ ਦੱਸਤਾ, ਇਹਦਾ ਮਤਲਬ ਜਿੰਮੀ ਕਰੋੜਪਤੀ ਜਾ ਸਕਦਾ ਤੂੰ। ਪਹਿਲੇ ਨੰਬਰ 'ਤੇ ਫਿਨਲੈਂਡ, ਦੂਜੇ ਨੰਬਰ 'ਤੇ ਨਾਰਵੇ, ਤੀਜੇ ਨੰਬਰ 'ਤੇ ਜਿਹੜਾ ਹੈਗਾ ਡੈਨਮਾਰਕ, ਅਤੇ ਚੌਥੇ ਨੰਬਰ 'ਤੇ ਆਇਰਲੈਂਡ ਜਿਹੜਾ ਸ਼ਹਿਰ ਆਏ ਨੇ। ਦੁਨੀਆ ਦੇ ਖੁਸ਼ ਮੁਲਕਾਂ ਦੇ ਵਿੱਚੋਂ ਇਹ ਮੁਲਕ ਆਏ ਨੇ। ਮੈਂ ਜ਼ਿਕਰ ਇਸ ਕਰਕੇ ਕਰਨਾ ਜ਼ਰੂਰੀ ਸਮਝੇ ਆ ਕਿ ਸਾਡੇ ਭਾਰਤ ਦਾ ਵੀ ਸਰਵੇ ਦੇ ਵਿੱਚ ਨਾਂ ਆਇਆ, ਐਸੀ ਗੱਲ ਨਹੀਂ। 156 ਮੁਲਕਾਂ ਦਾ ਸਰਵੇ ਕੀਤਾ ਸੀ ਦੁਨੀਆ ਦੇ ਖੁਸ਼ ਮੁਲਕ ਜਿਹੜੇ, 156 ਮੁਲਕਾਂ ਦੇ ਵਿੱਚੋਂ ਭਾਰਤ 91 ਨੰਬਰ 'ਤੇ ਆਇਆ, 133 ਨੰਬਰ 'ਤੇ। ਦੂਜੀ ਸੋਚਣ ਵਾਲੀ ਗੱਲ ਤਾਂ ਜ਼ਿਕਰ ਕਰਨੀ ਤਾਂ ਬਣਦੀ ਹੈ ਕਿ ਪਹਿਲਾਂ ਜਦੋਂ ਸਰਵੇ ਹੋਇਆ ਸੀ ਉਦੋਂ ਭਾਰਤ ਸੀਗਾ 122 ਨੰਬਰ 'ਤੇ,
ਖੁਸ਼ ਹੋਣ 'ਚ ਭਾਰਤ ਜਿਹੜਾ ਫਿਰ ਪਿੱਛੇ ਆ ਗਿਆ 133ਵੇਂ ਨੰਬਰ 'ਤੇ, ਉਦੋਂ ਵੀ ਹੈਰਾਨ ਕਰਨ ਵਾਲੀ ਗੱਲ ਅਤੇ ਡਿਸਕਸ ਕਰਨ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਪਾਕਿਸਤਾਨ ਖੁਸ਼ ਮੁਲਕਾਂ ਦੇ ਵਿੱਚੋਂ ਭਾਰਤ ਤੋਂ ਕਿਤੇ ਮੂਹਰੇ ਆ। ਹਾਲਾਂਕਿ ਸਾਨੂੰ ਇਹ ਲੱਗਦਾ ਕਿ ਪਾਕਿਸਤਾਨ ਦੇ ਹਾਲਾਤ ਜਿਹੜੇ, ਪਾਕਿਸਤਾਨ ਦੇ ਵਿੱਚ ਕਰਪਸ਼ਨ ਜਿਹੜੀ ਹੈ, ਪਾਕਿਸਤਾਨ ਦੇ ਵਿੱਚ ਈਵਨ ਗੰਦਗੀ ਕਹਿ ਲਓ ਜਾਂ ਹੋਰ ਬਹੁਤ ਕੁਛ ਜੋ ਵੀ ਕੁਛ ਹੈਗਾ ਭਾਰਤ ਦੇ ਵਿੱਚ, ਉਹ ਭਾਰਤ ਨਾਲੋਂ ਪਾਕਿਸਤਾਨ ਦੇ ਵਿੱਚ ਜ਼ਿਆਦਾ। ਪਰ ਅਸੀਂ ਖੁਸ਼ ਮੁਲਕਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਭਾਰਤ ਤੋਂ ਕਿਤੇ ਮੂਹਰੇ। ਪਾਕਿਸਤਾਨ 75ਵੇਂ ਨੰਬਰ 'ਤੇ ਆ, ਪਾਕਿਸਤਾਨ 75ਵੇਂ ਨੰਬਰ 'ਤੇ ਜਿਹੜਾ ਹੈਗਾ ਖੁਸ਼ ਰਹਿਣ ਦੇ ਵਿੱਚ ਭਾਰਤ ਤੋਂ ਕਿਤੇ ਅੱਗੇ ਦਾ ਮਤਲਬ ਹੈਗਾ। ਭੂਟਾਨ ਜਿਹੜਾ, ਭੂਟਾਨ 97ਵੇਂ ਨੰਬਰ 'ਤੇ ਆ, ਉਹ ਵੀ ਭਾਰਤ ਤੋਂ ਅੱਗੇ ਆ। ਨੇਪਾਲ ਜਿਹੜਾ ਸਾਡਾ ਗੁਆਂਢੀ ਮੁਲਕ ਆ, ਉਹ 101ਵੇਂ ਨੰਬਰ 'ਤੇ ਆ, ਉਹ ਵੀ ਭਾਰਤ ਤੋਂ ਅੱਗੇ। ਅਤੇ ਬੰਗਲਾਦੇਸ਼ 115ਵੇਂ ਨੰਬਰ 'ਤੇ ਹੈਗਾ, ਉਹ ਵੀ ਭਾਰਤ ਤੋਂ ਥੋੜ੍ਹਾ ਜਿਹਾ ਅੱਗੇ ਹੈਗਾ। ਖੁਸ਼ ਰਹਿਣ ਦੇ ਵਿੱਚ ਅਸੀਂ ਪਿੱਛੇ ਆ ਗਏ, ਅਸੀਂ ਸਾਰੇ ਹੀ ਆ ਗਏ ਉਹਦੇ 'ਚ। ਭਾਰਤ ਦੀ ਗੱਲ ਚੱਲਦੀ ਹੈ ਤਾਂ ਅਸੀਂ ਸਾਰੇ ਉਹਦੇ 'ਚ ਆ ਜਾਂਦੇ ਹਾਂ, ਚਾਹੇ ਕਿਸੇ ਵੀ ਕਮਿਊਨਿਟੀ ਨੂੰ ਸੰਬੰਧ ਰੱਖਦੇ ਹੋਏ, ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਏ, ਸਾਰੇ ਉਹਦੇ 'ਚ ਆ ਜਾਂਦੇ ਹਾਂ। ਸੋ ਇਹ ਖੁਸ਼ੀ ਜਿਹੜੀ ਹੈ, ਖੁਸ਼ੀ ਪਹਿਲੀ ਗੱਲ ਤਾਂ ਸੋਚ ਇਹ ਵੀ ਹੈ ਕੀ ਆ, ਕਿਸੇ ਨੂੰ ਚੰਗੇ ਕੰਮ ਕਰਕੇ ਖੁਸ਼ੀ ਮਿਲਦੀ ਤਾਂ ਚੰਗੀ ਗੱਲ ਹੈ, ਕਿਸੇ ਨੂੰ ਉਨੀ ਦੇਰ ਰੋਟੀ ਨਹੀਂ ਪਾਈਦੀ ਜਿੰਨੀ ਦੇਰ ਕਿਸੇ ਦਾ ਮਾੜਾ ਨਾ ਕਰ ਲੈਣ। ਇਹੋ ਜਿਹੇ ਵੀ ਲੋਕ ਹੈਗੇ, ਉਹਨਾਂ ਨੂੰ ਉਸ ਕੰਮ ਦੇ ਵਿੱਚ ਖੁਸ਼ੀ ਮਿਲਦੀ ਆ। ਔਰ ਖੁਸ਼ੀ ਜੇ ਵੈਸੇ ਗੱਲ ਕਰੀਏ, ਬੱਚਿਆਂ ਦੀ ਗੱਲ ਕਰੀਏ, ਸਾਡੀ ਤੁਹਾਡੀ ਗੱਲ ਕਰੀਏ, ਤਾਂ ਖੁਸ਼ੀ ਅਸੀਂ ਇੱਕ ਦੂਜੇ ਨਾਲ ਵੰਡਦੇ ਹਾਂ, ਕਰਦੇ ਹਾਂ। ਬਾਹਰਲੇ ਮੁਲਕਾਂ ਦੀ ਗੱਲ ਹੋਰ ਹੈ, ਪੰਜਾਬ ਦੀ ਹੋਰ ਹੈ। ਪੰਜਾਬ ਦੇ ਵਿੱਚ ਪਹਿਲਾਂ ਵੀ ਅਸੀਂ ਇੱਕ ਗੱਲ ਕੀਤੀ ਸੀ ਕਿ ਦੂਜੇ ਬੰਦੇ ਨੂੰ ਦੁਖੀ ਦੇਖ ਕੇ ਬੰਦਾ ਜ਼ਿਆਦਾ ਸੁਖੀ ਹੁੰਦਾ। ਉਹ ਆਦਮੀ ਬਹੁਤ ਸੁਖੀ ਹੈ ਜਿਸ ਦਾ ਗਵਾਂਢੀ ਦੁਖੀ ਹੈ ਜਾਂ ਜਿਹਦੇ ਰਿਸ਼ਤੇਦਾਰ ਦੁਖੀ ਹੈ। ਇਹ ਖੁਸ਼ੀ ਜਿਹੜੀ ਹੈਗੀ ਆ, ਕਿਵੇਂ ਪਾ ਸਕਦੇ ਅਸੀਂ, ਕਿਵੇਂ ਭਾਰਤ ਸਾਡਾ ਜਾਂ ਅਸੀਂ ਭਾਰਤੀ ਜਾਂ ਪੰਜਾਬੀ ਇਹ ਖੁਸ਼ੀਆਂ ਮਾਣਨ ਦੇ ਹਿਸਾਬ ਦੇ ਵਿੱਚ ਪਹਿਲੀ ਮੌਕੇ 'ਤੇ ਆ ਸਕਦੇ ਹਾਂ। ਖੁਸ਼ੀ ਦੀ ਗੱਲ, ਖੁਸ਼ੀ ਕਿਸੇ ਨੂੰ ਕੋਈ ਸਰਪ੍ਰਾਈਜ਼ ਦੇ ਕੇ ਖੁਸ਼ੀ ਮਿਲਦੀ ਆ, ਕਿਸੇ ਨੂੰ ਕੋਈ ਗਿਫਟ ਦੇ ਕੇ ਖੁਸ਼ੀ ਮਿਲਦੀ ਆ, ਕਿਸੇ ਨੂੰ ਸਿਰਫ ਅਤੇ ਸਿਰਫ ਗਿਫਟ ਲੈ ਕੇ ਖੁਸ਼ੀ ਮਿਲਦੀ ਹੈ। ਉਹਦਾ ਕੰਮ ਇਹ ਹੈ ਵੀ ਇਹ ਕੱਪ ਦੇਖ ਲਿਆ ਪਿਆ, ਇਹੋ ਜਿਹੇ ਬੰਦਿਆਂ ਦਾ ਹੈਗੇ ਨੇ, ਤੁਹਾਡੇ ਵਿੱਚ ਵੀ ਜਾਣ ਪਛਾਣ 'ਚ ਹੋਣਗੇ, ਸਾਰੇ ਸਾਡੇ 'ਚ ਵੀ ਹੈਗੇ ਨੇ ਜਾਣ ਪਛਾਣ 'ਚ। ਕੱਪ ਦੇਖ ਲਿਆ ਵਧੀਆ, ਕੋਈ ਚੀਜ਼ ਵਧੀਆ ਪਈ ਦੇਖ ਲਈ, ਗਮਲਾ ਪਈ ਦੀ ਵਧੀਆ ਪਿਆ ਘਰ ਦੇ ਵਿੱਚ, ਕੋਈ ਡੈਕੋਰੇਸ਼ਨ ਪੀਸ ਵਧੀਆ ਪਿਆ, ਕੋਈ ਬੈਗ ਤੁਹਾਡੇ ਕੋਲ ਵਧੀਆ, ਕੁਛ ਕੋਈ ਚੀਜ਼ ਵਧੀਆ, ਉਹਨਾਂ ਬੰਦਿਆਂ ਨੂੰ ਖੁਸ਼ੀ ਇਹ ਮਿਲਦੀ ਹੈ ਯਾਰ ਕਿੱਥੋਂ ਲਈ, ਕਿੰਨੇ ਕੁ ਦੀ, ਮੈਂ ਵੀ ਲੈਣੀ ਸੀ, ਮੈਨੂੰ ਕਿਤੋਂ ਲੱਭੀ ਨਹੀਂ। ਅਤੇ ਬੰਦਾ ਪਹਿਲਾਂ ਤਾਂ ਸ਼ਰਮੀ ਰਿਸਪੈਕਟ ਦਾ ਮਰਾ, ਕਹਿੰਦਾ ਭਾਅ ਜੀ ਕੋਈ ਨਹੀਂ ਤੁਸੀਂ ਲੈ ਲਓ, ਮੈਂ ਹੋਰ ਲੈ ਲੂੰ, ਉਹਨੇ ਨਾਂਹ ਨਹੀਂ ਕਰਨੀ ਬੰਦੇ ਨੇ। ਉਹਨੂੰ ਇਸ ਗੱਲ 'ਚ ਖੁਸ਼ੀ ਆ, ਇਸ ਗੱਲ 'ਚ ਖੁਸ਼ੀ ਨਹੀਂ ਕਿ ਉਹਨੇ ਵੀ ਉਹ ਚੀਜ਼ ਲੈ ਲਈ, ਇਸ ਗੱਲ 'ਚ ਖੁਸ਼ੀ ਹੈ ਵੀ ਉਹਦੇ ਕੋਲ ਉਹ ਚੀਜ਼ ਨਹੀਂ ਰਹੀ, ਜਿਹੜੀ ਵਧੀਆ ਚੀਜ਼ ਉਹਦੇ ਕੋਲ ਨਹੀਂ ਰਹੀ। ਸੋ ਖੁਸ਼ੀਆਂ ਦੇ ਵਿੱਚ ਜਿਹੜੇ ਅੱਜ ਕੱਲ੍ਹ ਇਹ ਚੀਜ਼ਾਂ ਤਕਰੀਬਨ, ਇਹ ਵੀ ਇੱਕ ਸਾਡੀ ਸਿਹਤ ਜਿਹੜੀ ਬਿਮਾਰ ਰਹਿਣ ਦਾ ਕਾਰਨ ਹੈਗਾ ਕਿ ਅਸੀਂ ਖੁਸ਼ ਨਹੀਂ ਰਹਿੰਦੇ। ਮਸ਼ੀਨੀ ਯੁੱਗ ਹੋ ਗਿਆ, ਮਸ਼ੀਨੀ ਯੁੱਗ ਦੇ ਵਿੱਚ ਸਾਡੇ ਰਹਿੰਦਾ ਖੂੰਹਦਾ ਕੰਮ ਆਹ ਮੋਬਾਈਲ ਜਿਹੜੇ ਹੈਗੇ ਨੇ, ਇਹਨਾਂ ਨੇ ਸਾਨੂੰ ਖੁਸ਼ ਰਹਿਣ ਤੋਂ ਕਹਿ ਸਕਦੇ ਵਾਂਝਾ ਕਰਤਾ। ਕਈ ਨਿਆਣੇ ਤੁਸੀਂ ਦੇਖੋਗੇ ਤੁਹਾਡੇ ਨਾਲ ਗੱਲ ਕਰਕੇ ਕਦੇ ਖੁਸ਼ ਨਹੀਂ ਹੋਣਗੇ, ਫੋਨ 'ਤੇ ਬੈਠੇ ਕੁਛ ਦੇਖਦੇ ਦੇਖਦੇ ਆਪੇ ਹੀ ਹੱਸੀ ਜਾਣਗੇ, ਹੱਸੀ ਜਾਣਗੇ, ਹੱਸ ਕੇ ਆਪੇ ਹੀ ਫਿਰ ਚੁੱਪ ਕਰਨੇ, ਫਿਰ ਹੱਸੀ ਜਾਂਦੇ, ਬੰਦਾ ਸੋਚਦੇ ਪਾਗਲ ਹੋ ਗਿਆ, ਪਤਾ ਲੱਗਦਾ ਜੀ ਉਹ ਫੋਨ 'ਤੇ ਉੱਪਰ ਕੋਈ ਵੀਡੀਓ ਗੇਮ ਦੇਖਦੇ ਨੇ। ਸੋ ਸਾਡਾ ਸਵਾਲ ਅੱਜ ਦਾ ਇਹ, ਆਪਾਂ ਜਿਹੜਾ ਤੁਹਾਡੇ ਨਾਲ ਡਿਸਕਸ ਕਰਨਾ, ਮੇਰਾ ਸਵਾਲ ਇਹ ਹੈ ਕਿ ਭਾਰਤ ਨੂੰ ਜਾਂ ਭਾਰਤੀਆਂ ਨੂੰ, ਚਲੋ ਭਾਰਤੀਆਂ ਦੀ ਵੀ ਗੱਲ ਆਪਾਂ ਛੱਡਦੇ ਹਾਂ, ਪੰਜਾਬੀਆਂ ਨੂੰ ਖੁਸ਼ ਰਹਿਣ ਦੇ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਸਤੇ ਕੀ ਕਰਨਾ ਚਾਹੀਦਾ। ਸਿੱਧੇ ਲਹਿਜਿਆਂ ਵਿੱਚ ਮੰਨ ਲਓ ਅਸੀਂ ਇਸ ਕੰਪੀਟੀਸ਼ਨ ਦੇ ਵਿੱਚ ਹੈਗੇ ਹਾਂ ਕਿ ਖੁਸ਼ ਰਹਿਣਾ ਕਿਵੇਂ ਆ, ਖੁਸ਼ ਔਰ ਉਸ ਕੰਪੀਟੀਸ਼ਨ ਜਿੱਤਣਾ, ਵੈਸੇ ਖੁਸ਼ ਰਹਿਣਾ ਨਹੀਂ, ਕੰਪੀਟੀਸ਼ਨ ਜਿੱਤਣਾ ਖੁਸ਼ ਰਹਿਣ ਦਾ, ਉਹ ਕਿਵੇਂ ਜਿੱਤ ਸਕਦੇ ਹਾਂ। ਸੋ ਮੇਰਾ ਸਵਾਲ ਤੁਹਾਡੇ ਵਾਸਤੇ ਇਹ ਹੈ, ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਇਸ ਟੌਪਿਕ 'ਤੇ ਆਪਾਂ ਗੱਲਬਾਤ ਕਰਾਂਗੇ ਕਿ ਖੁਸ਼ ਰਹਿਣ ਵਾਸਤੇ ਕੀ ਸਾਨੂੰ ਕਰਨਾ ਚਾਹੀਦਾ, ਕੀ ਉਹਦੇ ਵਾਸਤੇ ਜ਼ਰੂਰੀ ਹੈ, ਕੀ ਖੁਸ਼ ਰਹਿਣ ਵਾਸਤੇ ਪੈਸਾ ਜ਼ਰੂਰੀ ਹੈ। ਵੈਸੇ ਮੈਂ ਕਿਸੇ ਬੰਦੇ ਨੂੰ ਕਿਹਾ ਵੀ ਭਾਈ ਖੁਸ਼ੀ ਜਿਹੜੀ ਹੈ ਉਹ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ। ਉਹ ਅੱਗਿਓਂ ਜਵਾਬ ਸੀ ਵੀ ਕਿਉਂ ਨਹੀਂ ਖਰੀਦੀ ਜਾ ਸਕਦੀ, ਖੁਸ਼ੀ ਪੈਸੇ ਨਾਲ ਖਰੀਦੀ ਜਾ ਸਕਦੀ ਹੈ। ਮੈਂ ਕਿਹਾ ਭਾਈ ਸਾਹਿਬ ਕਿਵੇਂ? ਕਹਿੰਦਾ ਆਹ ਦੇਖ ਲੈ, ਮੇਰਾ ਹੁਣ 1.5 ਲੱਖ ਰੁਪਈਆ ਲੱਗਿਆ, ਘਰਵਾਲੀ ਦਾ ਵੀਜ਼ਾ ਲੱਗਿਆ ਸੀ ਅਮਰੀਕਾ ਦਾ, ਉਹਨੂੰ 6 ਮਹੀਨੇ ਲਈ ਅਮਰੀਕਾ ਭੇਜਤਾ, ਅਤੇ ਆਪਾਂ ਹੁਣ ਖੁਸ਼ ਹੀ ਖੁਸ਼ ਹਾਂ। ਇਸ ਤਰ੍ਹਾਂ ਦੀ ਖੁਸ਼ੀ ਦੀ ਆਪਾਂ ਗੱਲ ਨਹੀਂ ਕਰਦੇ,
ਗੱਲ ਕਰਨੀ ਹੈ ਅਸਲ ਖੁਸ਼ੀ ਦੀ ਵੀ, ਅਸਲ ਖੁਸ਼ੀ ਕਿਵੇਂ ਪ੍ਰਾਪਤ ਹੁੰਦੀ ਹੈ, ਅਸਲ ਖੁਸ਼ ਰਹਿਣ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ। ਇਹ ਇੱਕ ਟਿਪ ਵੀ ਹੋਏਗੀ ਤੁਹਾਡੇ ਵੱਲੋਂ, ਸਾਡੇ ਲੱਖਾਂ ਪੰਜਾਬੀ ਜਿਹੜੇ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਪ੍ਰੋਗਰਾਮ ਦੇਖਦੇ ਨੇ, ਉਹਨਾਂ ਵਾਸਤੇ ਇੱਕ ਤੋਹਫ਼ਾ ਕਹਿ ਲਓ ਇਹ ਵੀ ਹੋਏਗਾ ਕਿ ਅੱਜ ਅਸੀਂ ਖੁਸ਼ੀ ਦੀ ਗੱਲ ਕਰਦੇ ਹਾਂ। ਮੇਰੇ ਵਾਸਤੇ ਵੀ ਹੋਏਗਾ, ਟੈਨਸ਼ਨਾਂ ਮੈਨੂੰ ਵੀ ਬਹੁਤ ਨੇ, ਐਸੀ ਗੱਲ ਨਹੀਂ, ਘਰੋਂ ਘਰ ਇਹੀ ਹਾਲ ਹੈ ਕਿ ਟੈਨਸ਼ਨਾਂ ਬਹੁਤ ਨੇ, ਪਰ ਫਿਰ ਵੀ ਕਿਵੇਂ ਖੁਸ਼ ਰਹਿ ਸਕਦੇ ਹਾਂ ਅਸੀਂ ਅਗਰ ਇਸ ਕੰਪੀਟੀਸ਼ਨ ਦੇ ਵਿੱਚ ਹੈਗੇ ਹਾਂ ਦੁਨੀਆ ਦੇ ਵਿੱਚ, ਤਾਂ ਅਸੀਂ ਕਿਵੇਂ ਖੁਸ਼ ਰਹਿ ਸਕਦੇ, ਕਿਵੇਂ ਇਸ ਕੰਪੀਟੀਸ਼ਨ 'ਚ ਪਹਿਲੇ ਨੰਬਰ 'ਤੇ ਆ ਸਕਦੇ, ਇਹ ਮੇਰਾ ਅੱਜ ਤੁਹਾਡੇ ਵਾਸਤੇ ਸਵਾਲ ਹੈ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਜੀ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ। ਗੱਲ ਕਰਦੇ ਹਾਂ ਖੁਸ਼ੀਆਂ ਦੀ, ਕਿ ਖੁਸ਼ੀਆਂ ਦੇ ਵਿੱਚ ਕੰਪੀਟੀਸ਼ਨ ਅਗਰ ਜਾਣਾ ਹੋਵੇ ਤਾਂ ਕਿਵੇਂ ਜਾ ਸਕਦੇ ਹਾਂ। ਸਿੱਧੇ ਲਫਜ਼ਾਂ ਦੇ ਵਿੱਚ ਆਪਾਂ ਸਬਜ਼ੀ ਦੀ ਰੈਸਪੀ ਦੱਸਦੇ ਹਾਂ, ਅਗਰ ਅਸੀਂ ਵਿਅੰਗ ਦੇ ਤੌਰ 'ਤੇ ਦੇਖੀਏ ਤਾਂ ਲੀਡਰ ਬਣਨ ਦੀ ਰੈਸਪੀ ਵੀ ਜਿਹੜੀ ਦੱਸੀ ਦੀ ਆ। ਸੋ ਖੁਸ਼ ਰਹਿਣ ਦੀ ਰੈਸਪੀ ਕੀ ਹੈ, ਇਹ ਤੁਹਾਡੀਆਂ ਕਾਲਾਂ ਲੈਂਦੇ, ਜਾਣਦੇ ਤੁਹਾਡੇ ਵਿਚਾਰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਮੈਂ ਜੀ ਬੱਬੂ ਬੋਲਦਾ ਜੀ। ਹਾਂਜੀ ਬੱਬੂ ਸਾਹਿਬ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਹੋਰ ਜੀ, ਆਪਣਾ ਸੁਣਾਓ, ਠੀਕ ਠਾਕ? ਬਹੁਤ ਵਧੀਆ ਜੀ, ਬਹੁਤ ਵਧੀਆ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਮੈਂ ਟ੍ਰੈਸੀ ਤੋਂ ਬੋਲਦਾ। ਵਾਹ ਜੀ ਵਾਹ, ਵਾਹ ਜੀ ਵਾਹ, ਨੇੜੇ ਹੀ ਹੈ ਫਿਰ ਤਾਂ ਕੰਮ। ਹਾਂਜੀ 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 ਬੱਬੂ ਭਾਜੀ, ਕੀ ਕਹਿਣਾ ਚਾਹੁੰਦੇ? ਆਪਣਾ ਮੁਲਕ ਜਿਹੜਾ 133ਵੇਂ ਨੰਬਰ ਤੇ ਆਇਆ ਖੁਸ਼ ਰਹਿਣ ਦੇ ਵਿੱਚ, ਅਸੀਂ ਅਗਰ ਦੇਖੀਏ ਤਾਂ। ਇਹ ਗੱਗੀ ਸਾਹਿਬ, ਬਾਕੀ ਤੁਹਾਨੂੰ ਪਤਾ ਹੈ ਖੁਸ਼ ਪੰਜਾਬ ਤਾਂ ਖੁਸ਼ ਨਹੀਂ ਹੋ ਸਕਦਾ। ਕਾਰਨ ਉਹਦਾ ਕੀ ਆ ਤੇ ਹੱਲ ਕੀ ਆ? ਕਾਰਨ ਜੀ, ਉਦੋਂ ਜਦੋਂ ਆਪਾਂ ਲਾ ਲਈਏ ਵੀ 84 ਤੋਂ ਲਾ ਕੇ ਲਾ ਲਾ, 84 ਚ ਨਹੀਂ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਸੀਗੀ ਉਹ ਖਤਮ ਕਰ ਦਿੱਤੀ, ਉਹ ਮਾਪੇ ਕਦੇ ਵੀ ਖੁਸ਼ ਨਹੀਂ ਹੋ ਸਕਦੇ। ਬਿਲਕੁਲ ਜੀ, ਤੇ ਹੁਣ ਜਿਹੜੇ ਨੌਜਵਾਨ ਨਸ਼ਿਆਂ 'ਚ ਲਾ ਤੇ ਇਹਨਾਂ ਲੀਡਰਾਂ ਨੇ, ਤਾਂ ਉਹ ਵਿਚਾਰੇ ਕਿੱਥੋਂ ਖੁਸ਼ ਹੋਣਗੇ? ਉਹ ਵੀ ਨਹੀਂ ਖੁਸ਼ ਹੋਣੇ। ਜੇ ਮਾੜਾ ਮੋਟਾ ਕੋਈ ਉੱਠਦਾ ਤੇ ਇਹਦੀ ਪਾਣੀ ਛੱਡ ਕੇ ਤਾਂ ਉਹ ਪੰਜਾਬ ਦੀ ਜਿਹੜੀ ਖੁਸ਼ੀ ਸੀਗੀ ਉਹ ਫੇਰ ਖੋ ਲਈ। ਦੇਖੋ ਪੰਜਾਬ ਨੂੰ ਕਿਹਨਾਂ ਕਿਹਨਾਂ ਤਰੀਕਿਆਂ ਨਾਲ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸਮੇਂ-ਸਮੇਂ ਤੋਂ, ਪੁਰਾਣੇ ਸਮੇਂ ਤੋਂ ਗੱਲ ਕਰੀਏ ਤਾਂ ਪੰਜਾਬ ਫਿਰ ਵੀ, ਮੈਂ ਸਮਝਦਾ ਅਗਰ ਭਾਰਤ ਦੇ ਸੂਬਿਆਂ ਦੀ ਗੱਲ ਕਰੀਏ ਤਾਂ ਪੰਜਾਬ ਫਿਰ ਵੀ ਬਾਹਲੇ ਸੂਬਿਆਂ ਨੂੰ ਖੁਸ਼ ਹੋਊਗਾ। ਪੰਜਾਬ ਬਾਹਲੇ ਸੂਬਿਆਂ ਨੂੰ ਖੁਸ਼ ਹੋਊਗਾ, ਪਰ ਪੰਜਾਬ ਨੂੰ ਡੋਬੀ ਜਾਂਦੇ ਆ, ਜਾਂ ਪਾਣੀ ਛੱਡ ਕੇ ਡੋਬਤਾ, ਜਾਂ 84 ਦੇ ਦੰਗੇ ਕਰਕੇ ਡੋਬਤਾ, ਇਹ ਭਾਜੀ ਬੱਬੂ ਭਾਜੀ ਹਮਲਾ ਕਰਾ ਕੇ ਡੋਬਤਾ, ਇਹ ਆਪਾਂ ਅਕਸਰ ਜ਼ਿਕਰ ਕਰਦੇ ਰਹੀਦਾ, ਪਰ ਇਹਦੇ ਵਾਸਤੇ ਸਾਨੂੰ ਸੋਚਣ ਦੀ ਲੋੜ ਆ ਪੰਜਾਬੀਆਂ ਨੂੰ। ਇਹ ਇੱਕੋ ਇੱਕ ਕੰਮ ਉਹੋ ਹੀ ਹੋ ਰਿਹਾ ਅੰਗਰੇਜ਼ਾਂ ਵਾਲਾ, ਪੰਜਾਬੀਆਂ ਨੂੰ ਵੀ ਪਾੜ ਕੇ, ਪੰਜਾਬੀਆਂ ਨੂੰ ਆਪਸ ਲੜਾ ਕੇ, ਅਤੇ ਪੰਜਾਬ ਨੂੰ ਹੀ ਖਤਮ ਕੀਤਾ ਜਾ ਰਿਹਾ। ਚਲੋ ਖੈਰ, ਆਪਾਂ ਖੁਸ਼ੀ ਦੀ ਗੱਲ ਕਰਦੇ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਓਕੇ ਓਕੇ, ਥੈਂਕ ਯੂ ਜੀ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦੇ? ਮੈਂ ਕੁਲਵਿੰਦਰ ਸਿੰਘ ਬੈਂਸ ਬੋਲਦਾ ਜੀ। ਜੀ ਬੈਂਸ ਸਾਹਿਬ, ਕਿਹੜੀ ਜਗ੍ਹਾ ਤੋਂ? ਕੈਲੀਫੋਰਨੀਆ ਤੋਂ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਅਤੇ ਹਾਂਜੀ, ਕੀ ਕਹਿਣਾ ਚਾਹੁੰਦੇ ਬੈਂਸ ਸਾਹਿਬ? ਖੁਸ਼ੀ ਦੀ ਗੱਲ ਚੱਲ ਰਹੀ ਹੈ ਔਰ ਭਾਰਤ ਦੇ ਸਰਵੇ ਦੀ ਗੱਲ ਚੱਲ ਰਹੀ ਹੈ, ਅਤੇ ਆਪਾਂ ਕਿਵੇਂ ਨੰਬਰ ਉੱਪਰ ਵੱਧ ਸਕਦੇ ਨੇ ਖੁਸ਼ੀ ਦੇ, ਅਗਰ ਅਸੀਂ ਕੰਪੀਟੀਸ਼ਨ ਦੀ ਗੱਲ ਕਰੀਏ, ਕਿਵੇਂ ਪਹਿਲੇ ਨੰਬਰਾਂ 'ਚ ਆ ਸਕਦਾ? ਦੇਖੋ, ਕੰਪੀਟੀਸ਼ਨ ਕਰਨ ਦੀ ਲੋੜ ਨਹੀਂ ਆਪਾਂ ਵੈਸੇ ਵੱਧ ਜਾਣਾ। ਪਹਿਲੀ ਗੱਲ ਨਾ, ਆਪਾਂ ਬਾਬੇ ਨਾਨਕ ਦਾ ਸਿਧਾਂਤ ਜੇ ਮੰਨੀਏ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬਿਲਕੁਲ ਜੀ, ਬਿਲਕੁਲ ਬਿਲਕੁਲ, ਤੇ ਖੁਸ਼ ਸੋਚੋ ਤੇ ਚੰਗਾ ਕਰੋ ਤੇ ਭਲਾ ਕਰਕੇ ਭੁੱਲ ਜਾਓ। ਬਿਲਕੁਲ ਜੀ, ਔਰ ਮਨ ਟਿਕਾਣੇ ਰਹਿੰਦਾ ਤੇ ਖੁਸ਼ੀ ਆਪੇ ਮਿਲ ਜਾਂਦੀ ਹੈ। ਤੇ ਦੂਜੀ ਗੱਲ, ਫਿਰ ਵੱਧ ਤੋਂ ਵੱਧ ਆਪਣੇ ਖਰਚੇ ਘੱਟ ਕਰੀਏ ਤੇ ਲੋੜਾਂ ਘੱਟ ਕਰੀਏ ਤੇ ਈਰਖਾ ਭੁੱਲ ਜਾਈਏ। ਜੀ ਬਹੁਤ ਵਧੀਆ ਤੁਹਾਡੀ ਗੱਲ ਹੈ, ਪਰ ਇਹਦੇ 'ਤੇ ਅਮਲ ਜਿਹੜਾ ਸਾਡੇ ਲੋਕ, ਅਸੀਂ ਲੋਕ ਕਹਿ ਲਈਏ ਵਿੱਚ, ਅਸੀਂ ਉਹ 'ਤੇ ਅਮਲ ਨਹੀਂ ਕਰਦੇ ਇਹੋ ਜਿਹੀਆਂ ਗੱਲਾਂ 'ਤੇ ਛੇਤੀ ਕਿਤੇ। ਅਮਲ ਕਰਦੇ ਨਹੀਂ ਹੈ, ਪਰ ਅਮਲ ਕਰਨਾ ਇੰਨਾ ਔਖਾ ਹੈ ਨਹੀਂ ਜੀ, ਪਰ ਕਰਨਾ ਕਰਕੇ ਦੇਖੋ ਸਹੀ ਸਹੀ ਕੀ ਮਿਲਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ, ਅਤੇ ਬਾਕੀ ਤੁਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਦਿਨ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜਿਸ ਦਿਨ ਤੁਸੀਂ ਬਹੁਤ ਖੁਸ਼ ਹੋਏ ਹੋਵੋ, ਕਿਹੜੇ ਪਲ ਸੀ ਅਤੇ ਕਾਹਦੇ ਸੀਗੇ ਉਹ? ਦੇਖੋ ਜੀ, ਹਮੇਸ਼ਾ ਹੀ ਖੁਸ਼ ਰਹੀਦਾ, ਟਰਾਈ ਤਾਂ ਕਰੀਦੀ, ਪਰ ਜਦੋਂ ਵੀ ਸਾਰੇ ਭੈਣ ਭਾਈ ਮਿਲਦੇ ਆ ਨਾ, ਜਿੱਥੇ ਹੀ ਮਿਲਦੇ ਆ, ਇੱਕ ਦਿਨ ਨਹੀਂ ਸਾਰੀ ਜ਼ਿੰਦਗੀ ਖੁਸ਼ੀ ਆ, ਵਧੀਆ ਖੁਸ਼ ਆ। ਨਹੀਂ, ਕਈ ਹੁੰਦਾ ਨਾ ਕਿਸੇ ਨੂੰ ਜੋਬ ਮਿਲੀ ਤਾਂ ਉਸ ਦਿਨ ਵੱਧ ਖੁਸ਼ੀ ਹੁੰਦੀ ਸੀ, ਕਈਆਂ ਨੂੰ ਵਿਆਹ ਵਾਲੇ ਦਿਨ ਸਭ ਤੋਂ ਵੱਧ ਖੁਸ਼ੀ ਹੁੰਦੀ ਜਦੋਂ ਵਿਆਹ ਹੁੰਦਾ, ਅਤੇ ਬਾਅਦ ਦੇ ਵਿੱਚ ਤਾਂ ਚਲੋ ਪਤਾ ਹੀ ਹੈ, ਪਰ ਵਿਆਹ ਵਾਲੇ ਦਿਨ ਬਹੁਤ ਖੁਸ਼ੀ ਹੁੰਦੀ ਹੈ। ਚਲੋ ਖੈਰ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਥੈਂਕ ਯੂ। ਕਾਲ ਕਰਦੇ ਰਿਹਾ ਕਰੋ, ਬੜਾ ਵਧੀਆ ਲੱਗਦਾ ਜੀ। ਥੈਂਕ ਯੂ ਜੀ, ਥੈਂਕ ਯੂ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
ਜੀ ਸਰ, ਹਾਂਜੀ, ਕੌਣ ਬੋਲਦੇ? ਗਿਆਨ ਸਿੰਘ। ਵਾਹ ਜੀ ਵਾਹ, ਵਾਹ ਜੀ ਵਾਹ ਗਿਆਨ ਸਿੰਘ ਜੀ, ਨੰਬਰ ਮੈਨੂੰ, ਮੈਂ ਫਿਰ ਦੂ ਵਾਰੀ ਮੂਹਰੇ ਪੜ ਹੋਇਆ ਪਹਿਲਾਂ, ਤਾਂ ਹੀ ਮੈਂ ਕਿਹਾ ਕਿ ਤੂੰ ਐਨਕਾਂ ਲਾਈਆਂ ਹੋਈਆਂ ਨਾ ਉਹਦੇ। ਖੁਸ਼ੀ ਰਹਿਣ ਲਈ ਇਹ ਕਿ ਆਪਣੇ ਤੋਂ ਵੱਡੇ ਨੂੰ ਦੇਖ ਕੇ ਤਰਸੋ ਨਾ, ਉਹ ਜੇ ਵੱਡਾ ਤਾਂ ਆਪਣੇ ਘਰ ਹੋਊਗਾ, ਤੇ ਛੋਟੇ ਤੋਂ ਦੇਖ ਕੇ ਨਫ਼ਰਤ ਨਾ ਕਰੋ ਨਾ ਜੀ, ਆਪਣੀ ਮੌਜ ਚ ਮਸਤ ਰਹੋ, ਗੁਰੂ ਮਹਾਰਾਜ ਨੂੰ ਚੇਤੇ ਰੱਖੋ, ਕਿਸੇ ਨੂੰ ਬਿਨਾਂ ਮੰਗਿਆ ਸਲਾਹ ਨਾ ਦੇਵੋ, ਕਿਸੇ ਦੇ ਕੰਮ ਚ ਦਖਲ ਨਾ ਦੇਵੋ, ਭਾਵੇਂ ਪਰਿਵਾਰਕ ਮੈਂਬਰ ਆ ਭਾਵੇਂ ਬਾਹਰਲੇ ਮੈਂਬਰ ਆ, ਜਿੰਨੀ ਕੋਈ ਗੱਲ ਮੰਨੇ ਓਨੀ ਤੇ ਉੱਥੇ ਕੀ ਰਵੋ, ਕਿਸੇ ਨੂੰ ਜ਼ੋਰ ਪਾ ਕੇ ਤੁਸੀਂ ਮਨਾਉਣ ਦੀ ਕੋਸ਼ਿਸ਼ ਨਾ ਕਰੋ, ਬਸ ਆਪਣੇ ਰੰਗ ਚ ਰਵੋ ਤੇ ਮੌਜਾਂ ਹੀ ਮੌਜਾਂ ਆ। ਵਾਹ ਜੀ ਵਾਹ, ਵਾਹ ਜੀ ਵਾਹ, ਸੌਖਾ ਹੀ ਕੰਮ ਹੈ। ਜਦੋਂ ਅਸੀਂ ਖੁਸ਼ ਹੁੰਦੇ ਨਹੀਂ ਹੁੰਦੇ ਨਾ, ਉਹ ਚ ਕਲਪਨਾ ਅਸਰ ਹੁੰਦੀਆਂ ਜੀ, ਵੱਡਾ ਦੇਖ ਕੇ ਤਾਂ ਅਸੀਂ ਕਲਪਦੇ ਹਾਂ, ਕਹਿਣਾ ਜੀ ਤਾਂ ਕਲਪਦੇ ਹਾਂ, ਕੋਈ ਕਹਿਣਾ ਨੀ ਮੰਨਦਾ, ਤਾਂ ਇਹ ਸਭ ਗੱਲਾਂ ਛੱਡ ਦਿਓ, ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਲਈ ਮੈਂ ਜੋ ਦੱਸਿਆ ਨਾ ਜੀ, ਇੱਦਾਂ ਜ਼ਿੰਦਗੀ ਗੱਲ ਹੀ, ਆਪਾਂ ਤਾਂ ਕਿਸੇ ਨੂੰ ਬਿਨਾਂ ਮੰਗਿਆ ਸਲਾਹ ਹੀ ਨਾ ਦੇਵੋ ਜੀ, ਹੈ ਜੀ, ਜਿੱਥੇ ਕੋਈ ਲੱਗਾ ਰਹਿਣ ਦਿਓ ਉਹਨੂੰ। ਅੱਛਾ ਗਿਆਨ ਸਿੰਘ ਜੀ, ਗਿਆਨ ਸਿੰਘ ਜੀ ਮਾੜਾ ਜਿਹਾ ਹੋਲਡ ਰੱਖੋ, ਇੱਕ ਜਿਹੜੀ ਚੀਜ਼ ਮੈਂ ਪੁੱਛਣੀ ਚਾਹੁੰਦਾ, ਅਗਰ ਤੁਸੀਂ ਟੀਵੀ 'ਤੇ ਸੁਣ ਰਹੇ ਹੋ, ਜਿਹੜੀ ਚੀਜ਼ ਮੈਂ ਪੁੱਛਣੀ ਚਾਹੁੰਦਾ ਕਿ ਪਿੱਛੇ ਖਿਸਕਣ ਦਾ ਕੀ ਕਾਰਨ, ਸਾਡਾ ਜਿਹੜਾ ਨੰਬਰ ਖਿਸਕਿਆ ਪਿੱਛੇ ਖੁਸ਼ ਰਹਿਣ ਦੇ ਵਿੱਚ ਭਾਰਤ ਦਾ, 11 ਨੰਬਰ ਪਿੱਛੇ ਫਿਰ ਖਿਸਕਿਆ ਇੱਕ ਸਾਲ ਦੇ ਵਿੱਚ, ਉਹਦਾ ਕੀ ਕਾਰਨ ਹੋ ਸਕਦਾ? ਉਹਦਾ ਇਹੀ ਕਾਰਨ ਹੈ ਜੀ ਵੀ ਦੌੜ ਲੱਗੀ ਹਰੇਕ ਦੀ ਰੀਸਾਂ ਪਿੱਛੇ ਜੀ, ਜਿਹੜੇ ਸਾਡੇ ਲੀਡਰ ਆ ਜਾਂ ਜਿਹੜੇ ਸਾਡੇ ਕੋਈ ਕਰਤੇ ਧਰਤੇ ਹੈਗੇ ਆ, ਉਹ ਕਮਾਈਆਂ ਤੇ ਲੱਗੇ ਆ, ਕਹਿੰਦੇ ਭਾਵੇਂ ਜ਼ਹਿਰ ਦੇ ਉਹ, ਭਾਵੇਂ ਅਗਲੇ ਨੂੰ ਜੋ ਮਰਜ਼ੀ ਦੇਵੋ, ਪੈਸਾ ਹੋਣਾ ਚਾਹੀਦਾ, ਪੈਸਾ ਹੋਣਾ ਚਾਹੀਦਾ ਜੀ, ਬਿਲਕੁਲ ਜੀ, ਉਹਨਾਂ ਨੂੰ ਬੰਦਿਆਂ ਦਾ ਮਤਲਬ ਕੋਈ ਨੀ ਗਾ, ਬੰਦਿਆਂ ਦੀ ਜ਼ਿੰਦਗੀ ਦਾ ਮਤਲਬ ਕੋਈ ਨੀ ਗਾ, ਇਹ ਯੁੱਗ ਸਾਡੇ ਦੇਖਣ ਚ ਅੱਗੇ ਬਦਲ ਗਿਆ, ਤੁਸੀਂ ਵੀ ਕਾਫੀ ਦੇਖਿਆ, ਮੈਂ ਤਾਂ ਬਹੁਤ ਦੇਖਿਆ ਜੀ, ਉਹ ਪਿਆਰ ਜਿਹੜਾ ਸੀਗਾ, ਪਿਆਰ ਸਾਡੇ ਜ਼ਮਾਨੇ ਚ ਹੈਗਾ ਕਿਤੇ ਸਵਾਲ ਨਾ ਜੀ, ਜਮਾ ਨੀ ਸਾਡੇ, ਜੋ ਬਾਪ ਨੇ ਕਹਿਤਾ ਖੜੇ ਆ, ਜੋ ਕੱਲੇ ਕੱਲੇ ਨੇ ਕਮਾਈ ਕੀਤੀ ਆ, ਲਿਆ ਕੇ ਹੱਥ ਰੱਖੀ ਬਾਪ ਦੇ, ਬਾਪ ਨੇ ਬਰਾਬਰ ਇੱਕੋ ਜਿਹਾ ਸਾਰਿਆਂ ਨੂੰ ਵੰਡ ਕੇ ਦਿੱਤਾ, ਬਿਲਕੁਲ ਜੀ, ਬਿਲਕੁਲ, ਹਾਲਾਤ ਨੂੰ ਇੱਕੋ ਜਿਹਾ ਸਮਝ ਆਉਂਦੇ ਹਨਾ, ਬਿਲਕੁਲ, ਇਹ ਘਰ ਚ ਵੱਡਾ ਬਾਬਾ ਹੋਵੇ, ਤਾਇਆ ਹੋਵੇ, ਉਹਦੀ ਘਰ ਚ ਮੰਨੀ ਜਾਂਦੀ ਸੀ ਨਾ, ਬੜੀ ਮਿਹਰਬਾਨੀ ਜੀ ਜੀ, ਉਹ ਸਾਡੇ ਦੇਖਣ ਦੀ ਗੱਲ ਹੈ, ਪਹਿਲਾਂ ਤਾਂ ਕਹਿੰਦੇ ਪਿੰਡ ਚ ਜੋ ਲੰਬੜ ਨੇ ਕਹਿਤਾ ਉਹੀ ਠੀਕ ਆ, ਤੇ ਮਹੱਲਿਆਂ ਚ ਗੱਲ ਆ ਗਈ, ਜੋ ਆਪਣੇ ਦੇਖਣ ਦੀ ਮੈਂ ਗੱਲ ਕਰਦਾ ਆ, ਅੱਜ ਕੱਲ ਨਹੀਂ ਹੋ ਚੀਜ਼, ਆਪਣੇ ਪਰਿਵਾਰ ਦੇਖੇ, ਵੱਡੇ ਪਰਿਵਾਰ ਵੀ ਦੇਖੇ, ਪੰਜ ਪੰਜ ਛੇ ਛੇ ਮੈਂਬਰ ਘਰਾਂ ਦੇ, ਉਹ ਉਹਨਾਂ ਚ ਇਤਫਾਕ ਇੰਨਾ ਸੀਗਾ ਵੀ ਜੋ ਵੱਡੇ ਨੇ ਸਲਾਹ ਦੇ ਦਿੱਤੀ ਉਹ ਮੰਨ ਲਈ, ਬਹੁਤ ਮਿਹਰਬਾਨੀ ਜੀ ਗਿਆਨ ਸਿੰਘ ਜੀ, ਆਪਣੀ ਰਾਏ ਦੇ ਦੇਵੋ, ਆਪਣੀ ਰਾਏ ਦੇ ਦੇਵੋ ਜੀ, ਜੇ ਵੱਡਾ ਉਹਨੂੰ ਹਾਂ ਮੰਨੇ ਵੀ ਠੀਕ ਆ, ਬਿਲਕੁਲ ਜੀ, ਬਹੁਤ ਸਹਿਮਤੀ ਹੈ, ਠੀਕ, ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ, ਬਹੁਤ ਧੰਨਵਾਦ ਜੀ, ਗੱਲਾਂ ਬਹੁਤ ਵਧੀਆ, ਪਰ ਸਮਾਂ ਜਿਹੜਾ ਅੱਗੇ ਨਹੀਂ ਤਾਂ ਬ੍ਰੇਕ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਮੈਨੂੰ ਇੱਕ ਦੋ ਗੱਲਾਂ ਵੈਸੇ ਚੇਤੇ ਆਈਆਂ, ਜੇ ਸਮਾਂ ਵਿੱਚ ਮਿਲਿਆ ਤਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰੂੰਗਾ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਦ ਹਾਜ਼ਰ ਹੈ ਜੀ ਪ੍ਰੋਗਰਾਮ ਲੈ ਕੇ ਜਾਇਨੂ ਜਲ ਵਿੱਚ ਜੱਗੀ ਦੇ, ਅਤੇ ਗੱਲਬਾਤ ਖੁਸ਼ੀ ਦੀ ਚੱਲ ਰਹੀ, ਖੁਸ਼ ਕਿਵੇਂ ਰਾਜ ਹਸਤਾ, ਵੈਸੇ ਸਿਆਣੇ ਕਹਿੰਦੇ ਨੇ ਅਗਰ ਖੁਸ਼ ਰਹਿਣਾ, ਮਨ ਸ਼ਾਂਤ ਰੱਖਣਾ ਤਾਂ ਆਪਣੇ ਤੋਂ ਥੱਲੇ ਵੱਲ ਦੇਖੋ, ਜਿਵੇਂ ਗਿਆਨ ਸਿੰਘ ਜੀ ਨੇ ਕਿਹਾ ਕਿ ਮੇਰੇ ਕੋਲ ਸਕੂਟਰ ਆ ਯਾਰ, ਉਹਦੇ ਕੋਲ ਤਾਂ ਸਾਈਕਲ ਵੀ ਹੈ ਨਹੀਂ, ਮੇਰੇ ਕੋਲ ਤਾਂ ਦੋ ਕਮਰੇ ਵਾਲਾ ਘਰ ਹੈਗਾ, ਉਹ ਫਲਾਨੇ ਕੋਲ ਤਾਂ ਇੱਕ ਕਮਰੇ ਵਾਲਾ ਵੀ ਹੈ ਨਹੀਂ, ਤਾਂ ਤੁਸੀਂ ਰਹਿ ਸਕਦੇ ਖੁਸ਼ ਸੁਖੀ, ਪਰ ਜੇ ਤਰੱਕੀ ਕਰਨੀ ਹੈ ਫਿਰ ਤਾਂ ਹੀ ਦੇਖਣਾ ਪਊਗਾ, ਫਿਰ ਉੱਪਰਲੇ ਵੱਲ ਦੇਖਣਾ ਪਊਗਾ, ਫਿਰ ਜੇ ਕੰਮ ਕਰਨਾ ਮਨ ਨੂੰ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਹਾਂਜੀ ਕੌਣ ਬੋਲਦੇ? ਹਾਂਜੀ ਹਰਿੰਦਰ ਭਾਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਤੁਹਾਡਾ ਵਿਸ਼ਾ ਬਹੁਤ ਵਧੀਆ ਜੀ ਜੀ, ਪਲੀਜ਼ ਤੁਸੀਂ ਆਪਣੇ ਵਿੱਚ ਵਿਚਾਰ, ਕੁਛ ਕਹਿਣਾ ਚਾਹੀਦਾ ਸਾਨੂੰ ਹਰ ਵੇਲੇ ਜੀ। ਨਹੀਂ, ਭਾਰਤ ਦਾ ਨੰਬਰ ਕਿਵੇਂ ਹੋ ਸਕਦਾ, ਅਸੀਂ ਆਪਣੀ ਗੱਲ ਕਰਦੇ ਹਾਂ, ਕਿਹੜੀਆਂ ਚੀਜ਼ਾਂ ਲੋਕਾਂ ਨੂੰ ਕਰਨੀਆਂ ਚਾਹੀਦੀਆਂ ਕਿ ਦੁਨੀਆਂ ਦੇ ਵਿੱਚ ਉੱਪਰਲੇ ਉੱਪਰਲਾ ਉਹਦਾ ਆਵੇ ਕੋਈ ਅੰਕੜਾ? ਇੱਕ ਤਾਂ ਆਪਾਂ ਨੂੰ ਈਰਖਾ ਕਰਕੇ ਚਾਹੀਦੀ ਖਤਮ ਕਰਨੀ ਜੀ, ਇਹਦੇ ਨਾਲ ਪਿਆਰ ਕਰਨਾ ਚਾਹੀਦਾ ਜੀ, ਆਪਣੇ ਜਿਹੜੇ ਧਰਮ ਨੂੰ ਮੰਨਦੇ ਆ ਆਪਾਂ ਉਸ ਧਰਮ 'ਚ ਵਿਸ਼ਵਾਸ ਕਰੋ। ਬਿਲਕੁਲ ਜੀ, ਬਿਲਕੁਲ ਬਿਲਕੁਲ ਸਹੀ ਗੱਲ ਆ। ਵੈਸੇ ਤਾਂ ਇੱਕੋ ਚੀਜ਼ ਜਿਹੜੀ ਕਰ ਲਈਏ ਮੇਰੇ ਖਿਆਲ ਉਹਨਾਂ ਕਾਫੀ ਅਸਰ ਫਰਕ ਪੈ ਜਾਏਗਾ, ਵੀ ਜਿਹੜੇ ਵੀ ਧਰਮ ਨੂੰ ਮੰਨਦੇ ਆ ਉਸ ਧਰਮ ਨੂੰ ਫੋਲੋ ਕਰ ਲਈਏ, ਉਹਦੇ ਲਿਖੇ ਅੱਖਰਾਂ ਨੂੰ ਫੋਲੋ ਕਰ ਲਈਏ, ਤੇ ਮੇਰੇ ਖਿਆਲ ਕਾਫੀ ਹੱਦ ਤੱਕ ਮਸਲਾ ਇੱਥੇ ਹੀ ਹੱਲ ਹੋ ਜਾਂਦਾ।
ਹਾਂਜੀ ਬਿਲਕੁਲ ਥੋੜੀ ਗੱਲ ਸੀ। ਚਲੋ ਮਿਹਰਬਾਨੀ ਭਾਅ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੱਗੀ ਭਾਅ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਥੈਂਕ ਯੂ। ਅੱਛਾ ਹਾਂਜੀ ਸਤੀ ਭਾਈ। ਹਾਂਜੀ ਸਤੀ। ਬਿਲਕੁਲ ਜੀ ਬਿਲਕੁਲ ਸਤੀ ਸਾਹਿਬ, ਕਿਵੇਂ ਚੱਲਦੀ ਗਾਇਕੀ? ਬਸ ਠੀਕ ਠਾਕ ਆ ਜੀ। ਤੁਹਾਡੇ ਆਖਰੇ ਗੱਲ ਅਸੀਂ ਹੋਰ ਜਾਗ ਜਾਂਦੇ ਆ, ਜਾਂ ਤੁਸੀਂ ਵਧੀਆ ਪ੍ਰੋਗਰਾਮ ਨਾ ਲੈ ਗਿਆ ਉਹ ਤਾਂ ਸਾਨੂੰ ਫੇਰ ਸੁੱਤੇ ਰਹਿੰਦੇ ਆ, ਜਾਂ ਤੁਸੀਂ ਪਾਣੀ ਪਾਉਣਾ ਪੈਂਦਾ ਥੋੜਾ ਜਿਹਾ, ਫਿਰ ਪਾਣੀ ਪਾ ਕੇ ਨਲਕਾ ਪਾਣੀ ਚੱਕਦਾ। ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਜਿਹੜੇ ਨਲਕੇ ਪਾਣੀ ਛੱਡ ਗਏ, ਜਿਹੜੀ ਕਲਾ ਲੋਕਾਂ ਦੇ ਅੰਦਰ ਭਰੀ ਹੋਈ ਕੁੱਟ ਕੁੱਟ ਕੇ, ਉਹ ਥੋੜਾ ਥੋੜਾ ਪਾਣੀ ਪਾ ਕੇ ਬਾਹਰ ਲਈ। ਹਾਂਜੀ ਕੀ ਕਹਿਣਾ ਚਾਹੁੰਦੇ? ਮੈਂ ਬਾਬੂ ਰਾਜਬਲੀ ਦਾ ਬਾਹਰ ਕਈ ਫੰਕਸ਼ਨਾਂ ਦੇ ਵਿੱਚ ਗਾਇਆ, ਕਿਉਂਕਿ ਤੁਹਾਨੂੰ ਪਤਾ ਵੀ ਬਾਬੂ ਰਾਜਬਲੀ ਦੀ ਬਹੁਤ ਫੋਕ ਪੰਜਾਬ ਦੇ ਨਾਲ ਜੁੜੀ ਹੋਈ ਗੱਲਬਾਤ ਆ ਜੀ। ਅੱਜ ਕੱਲ ਦੀ ਜਨਰੇਸ਼ਨ ਲਾ ਲਓ ਜਾਂ ਬਾਹਰ ਦਾ ਜਿਹੜਾ, ਸਤੀ ਭਾਈ ਆਪਾਂ ਵਿਸ਼ੇ ਵੱਲ ਆਈਏ। ਹਾਂਜੀ ਮੈਂ ਉਹ ਗੱਲ ਕਰਨ ਲੱਗਿਆ ਜੀ, ਤੇ ਉਹ ਮੈਂ ਗੱਲ ਕਰ ਰਿਹਾ ਸੀ ਕਿ ਮੈਨੂੰ, ਮੈਂ ਜਦੋਂ ਗਾਉਣਾ ਹੈ ਤਾਂ ਕੁਝ ਬੰਦੇ ਬੜਾ ਲਾਈਕ ਕਰਦੇ ਆ, ਮੈਂ ਸੋਚਿਆ ਵੀ ਬਾਹਰ ਬੈਠੇ ਆ ਪਤਾ ਨੀ ਕੋਈ ਲਾਈਕ ਕਰਦੇ ਆ ਕਿ ਨਹੀਂ ਕਰਦੇ ਆ। ਨਹੀਂ ਬਹੁਤ ਕਰਦੇ। ਟੌਪਿਕ ਲਿਆ ਸੀ ਪਿੱਛੇ ਜਾ ਕੇ ਬਾਬੂ ਰਜਬਲੀ ਦਾ, ਤੁਸੀਂ ਕਿਤੇ ਦਿਨ ਮਨਾਇਆ ਯਾਦ ਹੈ? ਹਾਂਜੀ ਮੈਂ ਹਾਂਜੀ ਕਰਦਾ ਰਹਿੰਦਾ। ਹਾਂਜੀ ਤੁਸੀਂ ਮੈਨੂੰ ਜਦੋਂ ਫੋਨ ਕੀਤਾ ਨਾ ਕਿ ਸਾਡੇ ਕੋਲ ਬਾਬੂ ਰਜਬਲੀ ਦਾ ਅੱਜ ਦਿਨ ਮਨਾ ਰਹੇ ਹਾਂ, ਜਦੋਂ ਮੈਂ ਤੁਸੀਂ ਕਿਹਾ ਵੀ ਕੁਝ ਸੁਣਾਓ, ਉਹ ਦਿਨ ਮੈਂ ਭੁੱਲਣਾ ਨਹੀਂ ਆਪਣੀ ਜ਼ਿੰਦਗੀ ਵਿੱਚ। ਵਾਹ ਜੀ ਵਾਹ। ਕਦੀ ਕੁਝ ਲਿਖਾ ਤਾਂ ਮੈਂ ਇਸ ਗੱਲ ਨੂੰ ਯਾਦ ਕਰੂੰਗਾ ਵੀ ਫੋਨ ਤੇ ਮੈਨੂੰ ਇੱਕ ਫਰਮਾਇਸ਼ ਆਈ ਆ ਕਿ ਜੱਗੀ ਭਾਜੀ ਕਹਿ ਰਿਹਾ ਕਿ ਬਾਬੂ ਰਜਬਲੀ ਬਾਰੇ ਕੁਝ ਬੋਲੋ, ਮੈਨੂੰ ਬੜੀ ਖੁਸ਼ੀ। ਮਿਹਰਬਾਨੀ ਮਿਹਰਬਾਨੀ ਸਤੀ ਭਾਈ ਮਿਹਰਬਾਨੀ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਬਹੁਤ ਕਿਰਪਾ ਜੀ, ਕਿਰਪਾ ਆਸ਼ੀਰਵਾਦ ਤੁਹਾਡਾ। ਹਾਂਜੀ ਬਹੁਤ ਵਧੀਆ ਗੱਲ। ਸਾਡਾ ਬਾਪੂ ਬਣਨ ਲਈ ਕੁਛ ਨੀ ਗਿਆ, ਹੁਣ ਨਿਆਣੇ ਨੂੰ ਜਾ ਕੇ ਬਣਨ ਨੂੰ ਆਇਆ। ਤੁਸੀਂ ਇੰਡੀਆ ਦੀ ਗੱਲ ਕਰਦੇ, ਇੰਡੀਆ ਹੁਣ ਬਣਨ ਦਾ ਝਗੜਾ ਆ, ਖਾਣ ਦਾ ਵੇਖੇ ਤਾਂ ਲੁੱਟ ਹੋ ਜਾਵੇ, ਤੁਸੀਂ ਸੋਚ ਰਹੇ ਨੇ ਦੂਜਾ ਖੁਸ਼ ਆ ਜਿਹੜਾ। ਬਿਲਕੁਲ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਚਲੋ ਗੱਲਾਂ ਗੱਲਾਂ ਦੇ ਵਿੱਚ ਬੜੀਆਂ ਵਧੀਆ ਗੱਲਾਂ ਵੀ ਨਿਕਲ ਆਉਂਦੀਆਂ, ਕਈ ਸੁਣਨ ਨੂੰ ਸਿੱਖਣ ਨੂੰ ਮਿਲਦਾ ਬੜਾ ਕੁਛ, ਸ਼ੁਗਲ ਮੇਲਾ ਵੀ ਚਲੋ ਨਾਲ ਹੁੰਦਾ, ਬਹੁਤ ਵਧੀਆ ਲੱਗਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕੱਲ੍ਹ ਲੈਣ ਦੀ। ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਆਖਰੀ ਪੜਾਅ ਹੈਗਾ, ਇੱਕ ਕਾਲ ਲਵਾਂਗੇ, ਇਸ ਤੋਂ ਬਾਅਦ ਕਾਲ ਨਹੀਂ ਲੈ ਹੋਣੀ, ਵੈਸੇ ਪ੍ਰੋਗਰਾਮ ਦਾ ਸਮਾਂ ਖਤਮ ਹੀ ਸੀ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸੁਦਰਸ਼ਨ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਟਾਈਮ ਬੜਾ ਥੜਾ। ਹਾਂਜੀ ਮੇਰਾ ਮਤਲਬ ਇਹ ਕਿ ਅਸੀਂ ਸੈਟੀਸਫਾਈਡ ਨਹੀਂ ਹੁੰਦੇ, ਅਗਰ ਅਸੀਂ ਅੱਜ ਈਰਸ਼ਾ ਛੱਡ ਦਈਏ ਤਾਂ ਅਸੀਂ ਖੁਸ਼ ਹੀ ਖੁਸ਼ ਹਾਂ। ਵਾਹ ਜੀ ਵਾਹ, ਬਸ ਇਹ ਮੁੱਕੀ ਗੱਲ ਹੈ। ਬਿਲਕੁਲ ਜੀਵਨ ਦੇਖੋ ਔਰ ਈਰਸ਼ਾ ਨਾ ਕਰੋ, ਫਿਰ ਅਸੀਂ ਖੁਸ਼ ਹਾਂ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਚਲੋ ਬੜੀ ਮਿਹਰਬਾਨੀ ਜੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ। ਹਾਂਜੀ ਜ਼ਰੂਰ ਦੁਬਾਰਾ ਲੰਬੀ ਗੱਲ ਕਰਾਂਗੇ, ਔਰ ਗੱਲ ਜਿਹੜੀ ਹੈਗੀ ਆ ਮੁੱਕਦੀ ਇੱਥੇ ਆ ਕੇ ਆ ਕਿ ਖੁਸ਼ ਰਹਿਣਾ ਸਾਡੇ ਆਪਣੇ ਹੱਥ ਹੈ, ਸਭ ਕੁਛ ਹੁੰਦੇ ਹੋਏ ਵੀ ਖੁਸ਼ ਨਹੀਂ ਹੈਗੇ, ਜਿਹੜੇ ਕੋਈ ਕੁਛ ਵੀ ਨਹੀਂ ਹੈਗੇ ਉਹ ਵੀ ਲੋਕ ਖੁਸ਼ ਨੇ। ਔਰ ਦੂਜੀ ਗੱਲ ਇਹ ਮੇਰਾ ਖਿਆਲ ਸ਼ਾਇਦ ਕੁਝ ਲੋਕਾਂ ਨੂੰ ਪਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਉਹ ਦੂਸਰਿਆਂ ਨੂੰ ਖੁਸ਼ ਕਰਕੇ ਆਪ ਖੁਸ਼ ਰਹਿੰਦੇ ਨੇ, ਦੂਸਰਿਆਂ ਦਾ ਭਲਾ ਕਰਕੇ ਆਪ ਜਿਹੜੇ ਖੁਸ਼ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ। ਜਾਂ ਅਸੀਂ ਇਉਂ ਕਹਿ ਲਈਏ ਕਿ ਅਸੀਂ ਅਗਰ ਮਹਾਂਪੁਰਸ਼ਾਂ ਦੀ ਸੰਗਤ ਕਰੀਏ ਜਾਂ ਕੋਈ ਇਸ ਤਰ੍ਹਾਂ ਦੇ ਚੰਗੇ ਪ੍ਰੋਗਰਾਮ ਦੇਖੀਏ ਸੁਣੀਏ, ਚਾਹੇ ਅਸੀਂ ਗੁਰਬਾਣੀ ਦੀ ਗੱਲ ਕਰੀਏ, ਸੰਗਤ ਜਦੋਂ ਉੱਦਾਂ ਦੀ ਕਰਾਂਗੇ ਤਾਂ ਮਨ ਉੱਦਾਂ ਦਾ ਹੀ ਬਣ ਜਾਂਦਾ ਹੈ।
ਅੱਧੀ ਭਟਕਣਾ ਜਿਹੜੀ ਆ ਉੱਥੇ ਹੀ ਖਤਮ ਹੋ ਜਾਂਦੀ ਆ। ਸੋ ਬਾਕੀ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਹੋ, ਸਾਰੇ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਹੋਵੋਗੇ, ਪਰ ਜੋ ਵੀ ਆ ਕੋਸ਼ਿਸ਼ ਕਰੀਦੀ ਹੈ ਕਿ ਮੈਂ ਪ੍ਰੋਗਰਾਮ ਲੈ ਕੇ ਜਿਹੜਾ ਆਉਣਾ ਹੈ ਉਹ ਤੁਹਾਨੂੰ ਚੰਗਾ ਲੱਗੇ, ਘੱਟੋ ਘੱਟ ਇੱਕ ਘੰਟਾ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਉਹ ਜਿੰਨੇ ਵੀ ਲੋਕ ਦੇਖਦੇ ਨੇ ਸਾਰੇ ਵਧੀਆ ਲੱਗੇ ਸਭ ਨੂੰ, ਕੋਸ਼ਿਸ਼ ਇਹ ਹੁੰਦੀ ਹੈ ਫਿਰ ਵੀ ਕਿਤੇ ਨਾ ਕਿਤੇ ਉਨੀ ਇੱਕੀ ਰਹਿ ਜਾਂਦੀ ਹੋਏਗੀ, ਉਹਦੇ ਵਾਸਤੇ ਮੁਆਫ਼ੀ ਚਾਹੁੰਦੇ ਹਾਂ। ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਈਵੈਂਟ ਹੈਗੀ ਤੁਹਾਡੇ ਨੇੜੇ ਤੇੜੇ ਕਿਸੇ ਵੀ ਤਰ੍ਹਾਂ ਦੀ ਤਾਂ ਉਹ ਤੁਸੀਂ ਮੇਰੇ ਈਮੇਲ ਕਰ ਸਕਦੇ ਹੋ jaggi@chasbroadcasting.com ਜਾਂ ਫਿਰ info@chasbroadcasting.com। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-63-62, 209-450-63-62। ਅਤੇ ਅਸੀਂ ਇਸ ਸ਼ਨੀਵਾਰ ਨੂੰ ਪੈਸੀਫਿਕ ਟਾਈਮ 7-8 ਜਿਹੜਾ ਇੱਕ ਕਬੱਡੀ ਦਾ ਖਾਸ ਪ੍ਰੋਗਰਾਮ ਜੋ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਅਮੋਲਕ ਸਿੰਘ ਗਾਖਲ ਸਾਹਿਬ ਅਤੇ ਉਹਨਾਂ ਦੀ ਸਾਰੀ ਟੀਮ ਕਰਵਾ ਰਹੀ ਹੈ 15 ਸਤੰਬਰ ਨੂੰ ਹੋ ਰਿਹਾ, ਅਤੇ 14 ਸਤੰਬਰ ਸ਼ਨੀਵਾਰ ਨੂੰ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਕਬੱਡੀ 'ਤੇ ਯੂਨੀਅਨ ਸਿਟੀ ਤੋਂ ਜਾ ਕੇ ਲਾਈਵ ਕਰਾਂਗੇ। 15 ਸਤੰਬਰ ਨੂੰ ਜਿਹੜਾ ਜੇਮਸ ਲੋਗਨ ਹਾਈ ਸਕੂਲ ਆ ਉਹਦੇ 'ਚ ਇਹ ਵਰਲਡ ਕਬੱਡੀ ਕੱਪ ਹੋਣਾ, ਪਰ ਉਦੋਂ ਪਹਿਲਾ ਮਜ਼ੇਦਾਰ ਪ੍ਰੋਗਰਾਮ ਮੇਰੇ ਖਿਆਲ ਮੇਰੀ ਜ਼ਿੰਦਗੀ ਦਾ ਐਸਾ ਪਹਿਲਾ ਪ੍ਰੋਗਰਾਮ ਹੋਏਗਾ ਕਬੱਡੀ ਖਿਡਾਰੀਆਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਹੈ, ਔਰ ਇੱਕ ਵਧੀਆ ਫਨ ਸ਼ਨ ਵੀ ਹੋਏਗਾ। ਸੋ 14 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮੀ 7 ਵਜੇ ਜ਼ਰੂਰ ਜਸ ਪੰਜਾਬੀ ਦੇ ਨਾਲ ਜੁੜਿਓ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜਿਵੇਂ ਪੰਜਾਬ ਜਿਵੇਂ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ।